सतनाम श्री वाहे गुरु गुरु ग्रीव नवाज। गुरु ग्रंथ साहिब जीओ महाराज। माण करूं तुदे उपरे मेरे प्रीतम प्यारे, हमें अपराधी सद भूल दे, तुम बख्शन हारे जेता समुंद सागर नीर भरिया, तेते अवगुण हमारे दया करो किछ मेहरे उपावो, डुबदे पत्थर तारे हम भीखक भिखारी तेरे तो निज पत है दाता, ओ दयाल नाम देहो मंगत जन को सदा रहो रंग राता, हों बलिहार जाओ सचे तेरे नाम विटहो, करन करन सबना का एको अवर न दूजा कोई, बहुते फिर पै किरपन को अब किछ कृपा की जय, हो दयाल दर्शन देहो अपना ऐसी बख्श करी जय, पंत नानक परम पट खुले गुर प्रसादी जानिया, साची लिव लागी है पीतर सतगुर स्यों मन मानिया, तुदे आगे अरदास हमारी जियो पिंड सब तेरा, कहो नानक सब तेरी वड्याई, कोई नाउ ना जाने मेरा, कोई नाउ ना जाने मेरा, कोई नाउ ना जाने मेरा, जाने मेरा जी सब तेरी बढ़ाई है।
सैया जी कै जीवना मोहि न बिसारो मैं जन तेरा। मेरी हरो विपत जन करो सुभाई चरण न छाड़ो शरीर कल जाई कहे रविदास कहे रविदास परो तेरी संभ मेघ मिलो जन कर ना विलंब करबत पला न करबट तेरी लग गले सुन बिनती मेरी हों बारी मुख फेर प्यारे करबट दे मोको काहे कुमारे जेतन जी रहता अंग न मोरो पिंड पर तो प्रीत न तोरो हम तुम बीच पयो नहीं कोई तुम सुकंद नार हम जो कहत कबीर सुनो रे लोई अब तुमरी परदीत न हुई हम बारी मुख फेर प्यारे आरे नाल चीर दे मुखड़ा ना फेर प्यारे आरे नाल चीर दे मुखड़ा ना फेर प्यारे
साहिब श्री गुरु ग्रंथ साहिब महाराज जुड़ बैठे सर्व माई और भाई आओ सब तो पहला कोई भी रसना बाजी ना रहे एक बार सारे आखो जी वाहिगुरु जी का खालसा वाहिगुरु जी की फतेह। सो प्यारो बहुत बड़ी कृपा सतगुरां दी हो रही है मिल के बैठण दा सुभाग समां सुभागियां घड़ियां ਆਪਾਂ ਨੂੰ ਪ੍ਰਾਪਤ ਹੋ ਰਹੀਆਂ ਨੇ। ਸੋ ਆਓ ਕੁਝ ਸਮਾਂ ਇਕਾਗਰਤਾ ਬਣਾ ਕੇ ਬਹਿਣ ਦਾ ਯਤਨ ਕਰੀਏ। ਸੱਚੇ ਪਾਤਸ਼ਾਹ ਕਹਿੰਦੇ ਨੇ ਪੁਰਾਣਾ ਸਮਾਂ ਹੁੰਦਾ ਸੀ ਉਦੋਂ ਬੰਦੇ ਦਾ ਮਨ ਛੋਲਿਆਂ ਦੀ ਖੇਤੀ ਵਰਗਾ ਹੁੰਦਾ ਸੀ। ਜੇ ਕਿਤੇ ਛੋਲਿਆਂ ਦੀ ਫਸਲ ਬੀਜ ਦੀਏ ਬਹੁਤਾ ਖੇਚਲ ਨਹੀਂ ਕਰਨੀ ਪੈਂਦੀ ਹੁੰਦੀ, ਇੱਕ ਅੱਧਾ ਪਾਣੀ ਵੀ ਬਹੁਤ ਆਉਂਦਾ। ਸਤਿਯੁਗ ਵਿੱਚ ਮਨ ਨਿਰਮਲ ਸੀ, ਕਿਤੇ ਇੱਕ ਅੱਧੀ ਵਾਰੀ ਸੰਗਤ ਮਿਲਣੀ ਮਨ 'ਤੇ ਰੰਗ ਚੜ ਜਾਂਦਾ ਸੀ, ਜ਼ਿੰਦਗੀ ਬਦਲ ਜਾਂਦੀ ਸੀ। ਫਿਰ ਸਮਾਂ ਬਦਲਿਆ, ਦੁਆਬਰ ਤ੍ਰੇਤੇ ਯੁੱਗ ਵਿੱਚ ਸਾਡਾ ਮਨ ਕਣਕ ਦੀ ਖੇਤੀ ਵਰਗਾ ਹੋ ਗਿਆ। ਜੇ ਕਿਤੇ ਕਣਕ ਦੀ ਫਸਲ ਬੀਜੀ ਹੈ ਚਾਰ ਪਾਣੀ ਲਾਉਣੇ ਪੈਂਦੇ ਹੈ। ਦੁਆਬਰ ਤ੍ਰੇਤੇ ਯੁੱਗ ਵਿੱਚ ਮਨ ਇਹੋ ਜਿਹਾ ਹੋ ਗਿਆ, ਕਿਤੇ ਜ਼ਿੰਦਗੀ 'ਚ ਪੰਜ ਚਾਰ ਵਾਰੀ ਸੰਗਤ ਮਿਲਣੀ ਫਿਰ ਕਿਤੇ ਰੰਗ ਚੜ੍ਹਦਾ ਸੀ, ਫਿਰ ਜ਼ਿੰਦਗੀ ਬਦਲਣੀ ਸੀ। ਪਰ ਹੁਣ ਸਮਾਂ ਗੁਰਮੁਖੋ ਕਲਯੁੱਗ ਦਾ ਹੈ, ਹੁਣ ਤਾਂ ਮਹਾਰਾਜ ਕਹਿੰਦੇ ਸਾਡਾ ਮਨ ਝੋਨੇ ਦੀ ਖੇਤੀ ਵਰਗਾ ਹੋਇਆ ਹੋਇਆ ਹੈ। ਜੇ ਕਿਤੇ ਝੋਨਾ ਲਾਇਆ ਹੈ ਇੱਕ ਅੱਧਾ ਪਾਣੀ ਨਾਲ ਗੱਲ ਨਹੀਂ ਬਣਦੀ, ਪਾਣੀ ਸਦਾ ਹੀ ਚਾਹੀਦਾ, ਪਾਣੀ ਖੜ੍ਹਾ ਹੀ ਰਹੇ ਫਿਰ ਝੋਨੇ ਦੀ ਫਸਲ ਤੋਂ ਪੂਰਾ ਪੂਰਾ ਲਾਹਾ ਪ੍ਰਾਪਤ ਹੁੰਦਾ ਹੈ। ਇਹ ਯੁੱਗ ਕਲਯੁੱਗ ਦਾ ਹੈ। ਹਜ਼ੂਰ ਕਹਿੰਦੇ ਆ ਇਸ ਯੁੱਗ ਵਿੱਚ ਇਹ ਨਹੀਂ ਤੂੰ ਕਿਤੇ ਮਹੀਨੇ ਮੱਸਿਆ ਸੰਗਤ 'ਚ ਚੱਲਿਆ ਗਿਆ ਰੰਗ ਚੜ੍ਹ ਜੂਗਾ, ਨਹੀਂ ਨਹੀਂ, ਹੁਣ ਕਹਿੰਦੇ ਤੈਨੂੰ ਸਦਾ ਹੀ ਸੰਗਤ ਚਾਹੀਦੀ ਹੈ। ਹੁਣ ਤੇ ਰਹੀ ਸੰਗਤ ਵਿੱਚ ਇਹ ਯੁੱਗ ਕਲਯੁੱਗ ਦਾ। ਕੱਲ ਤਾਤੀ ਠੰਡਾ ਹਰ ਨਾਓ, ਇੱਕ ਵਾਹਿਗੁਰੂ ਦਾ ਨਾਮ ਹੀ ਠੰਡਾ ਹੈ। ਇਸ ਯੁੱਗ ਦੇ ਵਿੱਚ ਕੋਈ ਰੱਬ ਵਾਲੇ ਪਾਸੇ ਗੁਰਮੁਖੋਂ ਤੁਰ ਨਹੀਂ ਸਕਦਾ, ਕਿਉਂਕਿ ਭੈੜਾ ਸਮਾਂ ਕਲਯੁੱਗਦਾ। ਪਰ ਜੇ ਕੋਈ ਥੋੜ੍ਹਾ ਜਿਹਾ ਯਤਨ ਕਰਦਾ ਹੈ ਤੇ ਹਜ਼ੂਰ ਫਿਰ ਉਹਦੇ ਤੇ ਬਹੁਤੀ ਕਿਰਪਾ ਕਰਦੇ ਹੈ। ਭਾਈ ਗੁਰਦਾਸ ਜੀ ਕਹਿੰਦੇ ਹੈ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜੇ ਕਿਤੇ ਸਿੱਖ ਇੱਕ ਕਦਮ ਤੁਰੂਗਾ, ਮਹਾਰਾਜ ਕਹਿੰਦੇ ਫਿਰ ਗੁਰੂ ਕਰੋੜਾਂ ਕਦਮ ਉਹਦੇ ਵੱਲ ਚੱਲ ਕੇ ਆ ਜਾਂਦਾ ਹੈ। ਜੇ ਕੋਈ ਇੱਕ ਵਾਰੀ ਵਾਹਿਗੁਰੂ ਨੂੰ ਧਿਆਉਂਦਾ ਹੈ ਤੇ ਵਾਹਿਗੁਰੂ ਫਿਰ ਉਹਨੂੰ ਕਰੋੜਾਂ ਵਾਰੀ ਯਾਦ ਕਰਦਾ ਹੈ। ਸ਼੍ਰੀ ਕ੍ਰਿਸ਼ਨ ਮਹਾਰਾਜ ਸਵੇਰ ਦਾ ਸਮਾਂ ਚੌਂਕੜਾ ਮਾਰ ਕੇ ਬੈਠੇ ਹੈ, ਹੱਥ ਵਿੱਚ ਮਾਲਾ ਫੜੀ ਹੈ, ਅਰਜਨ ਦਰਸ਼ਨ ਕਰਨ ਵਾਸਤੇ ਚਲਿਆ ਗਿਆ। ਭਗਵਾਨ ਜੀ ਕਈ ਘੰਟੇ ਇਸੇ ਤਰ੍ਹਾਂ ਹੀ ਬੈਠੇ ਮਾਲਾ ਹੀ ਫੇਰਦੇ ਰਹੇ। ਅਰਜਨ ਬੈਠਾ ਵਹਿੰਦਾ ਰਿਹਾ, ਜਦ ਕਿਤੇ ਭਗਵਾਨ ਜੀ ਨੇ ਨੇਤਰ ਪ੍ਰਕਾਸ਼ ਕੀਤੇ। ਅਰਜਨ ਕਹਿੰਦਾ ਮਹਾਰਾਜ ਤੁਸੀਂ ਕਿਹਦਾ ਨਾਮ ਜਪਦੇ ਹੋ, ਤੁਸੀਂ ਕਿਹਦੇ ਨਾਮ ਦੀ ਮਾਲਾ ਫੇਰਦੇ ਹੋ। ਸ਼੍ਰੀ ਕ੍ਰਿਸ਼ਨ ਮਹਾਰਾਜ ਕਹਿੰਦੇ ਹੇ ਅਰਜਨ ਸਿਮਰਨ ਕਰਦੇ ਹੈ, ਮੈਂ ਫਿਰ ਉਹਨਾਂ ਦਾ ਵੀ ਸਿਮਰਨ ਕਰਦਾ ਹਾਂ। ਆਖੋ ਸਤਨਾਮ, ਮੈਂ ਵੀ ਉਹਨਾਂ ਨੂੰ ਯਾਦ ਕਰਦਾ ਜਿਹੜੇ ਮੈਨੂੰ ਯਾਦ। ਇਸੇ ਵਾਸਤੇ ਹਜ਼ੂਰ ਕਹਿੰਦੇ ਹੈ ਤੂੰ ਇੱਕ ਵਾਰੀ ਯਾਦ ਕਰੀ, ਵਾਹਿਗੁਰੂ ਤੈਨੂੰ ਵੀ ਕਈ ਵਾਰੀ ਯਾਦ ਕਰੂ, ਚੇਤੇ ਦੇ ਵਿੱਚ ਲੈ ਕੇ ਆ। ਜਦੋਂ ਤੇਰੇ ਚੇਤੇ 'ਚ ਨਿਰੰਕਾਰ ਆ ਗਿਆ ਬਸ ਉਦੋਂ ਗੱਲ ਬਣੂਗੀ, ਤੇਰੀ ਸੁਰਤ ਦੇ ਵਿੱਚ ਉਹਦੀ ਯਾਦ ਆਉਣੀ ਚਾਹੀਦੀ। ਆਪਾਂ ਵਿਚਾਰ ਸ਼ੁਰੂ ਕਰੀਏ, ਪੰਜਵੇਂ ਪਾਤਸ਼ਾਹ ਦਾ ਦਰਬਾਰ ਸਜਿਆ, ਬੜੀਆਂ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ,
कोई कुछ मंगता है कोई कुछ मंगता है, क्योंकि गुरु दे कोल इत्थे स्वार्थी बहुते आउंदे है, परमार्थी ते कोई विरला ही होंदा है। हुण आपां चल के आउणे आ इत्थे दरबार विच जा के धन गुरु ग्रंथ साहिब महाराज दे चरणां च आपां कुछ ना कुछ मंगण ही आई है, कुछ ना कुछ लैण वास्ते आई है कि महाराज मैनू आ भी दे दिओ, मैनू आ भी दे दिओ। जो पहला रब ने देता ओदा चेता ही भुलिया होया है भी होर दो मैनू। यह आ बिरती संसार दी, सच्चे पातशाह दे कोल जादे स्वार्थी लोग आउंदे है, परमार्थी कोई विरला ही आउंदा है। दो सके भरा सत्ता बलवंडा आ गए, ये आके हाथ जोड़ के खलो गए, रोई जांदे रोई जांदे। हजूर कहते कौन हो भाई तुसी? ਇਹ ਕਹਿੰਦੇ ਮਹਾਰਾਜ ਅਸੀਂ ਭਾਈ ਮਰਦਾਨੇ ਦੀ ਕੁੱਲ ਚੋਂ। ਰੋਨੇ ਕਾਹਦੇ ਵਾਸਤੇ ਹੋ? ਕਹਿੰਦੇ ਮਹਾਰਾਜ ਸਾਨੂੰ ਗਰੀਬੀ ਦਾ ਦੁੱਖ ਲੱਗਿਆ ਹੋਇਆ, ਬੜੀ ਗਰੀਬੀ ਹੈ, ਦਲਿੱਦਰਤਾਈ ਦਾ ਦੁੱਖ, ਇਹ ਗਰੀਬੀ ਦਾ ਦੁੱਖ ਬੜਾ ਵੱਡਾ ਦੁੱਖ ਹੁੰਦਾ ਹੈ। ਇਹ ਤਾਂ ਸ਼ਾਇਰੀ ਦੇ ਵਿੱਚ, ਕਵਿਤਾਵਾਂ ਦੇ ਵਿੱਚ, ਗਾਣਿਆਂ ਦੇ ਵਿੱਚ ਚੰਗੀ ਲੱਗਦੀ ਹੈ ਗਰੀਬੀ, ਜਦੋਂ ਕਦੇ ਆ ਕੇ ਘੇਰਾ ਪਾਉਂਦੀ ਹੈ ਨਾ ਬੰਦੇ ਨੂੰ, ਦਿਨੇ ਤਾਰੇ ਵਿਖਾ ਦਿੰਦੀ ਹੈ ਗਰੀਬੀ। ਬੜਾ ਵੱਡਾ ਦੁੱਖ ਹੈ ਗਰੀਬੀ ਦਾ। ਮਹਾਰਾਜ ਕਹਿੰਦੇ ਹੈ ਵਾਰ ਪਰਾਏ ਵੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਇਹ ਵੈ ਰੱਖ ਸੀ ਜੀਓ ਸਰੀਰ ਹੋਲੇ। ਗਰੀਬੀ ਦਾ ਦੁੱਖ, ਪਰਾਈ ਆਸ ਤੇ ਰਹਿਣਾ, ਕੋਈ ਸਾਨੂੰ ਕੁਝ ਦੇ ਕੇ ਜਾਊਗਾ ਫੇਰ ਛਕਾਂਗੇ, ਕਿਸੇ ਦੇ ਸਹਾਰੇ ਜ਼ਿੰਦਗੀ, ਇਹੋ ਜਿਹੀ ਜ਼ਿੰਦਗੀ ਨਾਲੋਂ ਤੇ ਬਾਬਾ ਫਰੀਦ ਜੀ ਕਹਿੰਦੇ ਬੰਦੇ ਨੂੰ ਮੌਤ ਹੀ ਚੰਗੀ ਹੈ। ਜੇ ਤੂੰ ਇਹ ਵੈ ਰੱਖ ਸੀ ਜੀਓ ਸਰੀਰੋਂ ਲੈ, ਵਾਹਿਗੁਰੂ ਇਹੋ ਜਿਹੀ ਜ਼ਿੰਦਗੀ ਨਾਲੋਂ ਤੇ ਮੈਨੂੰ ਮੌਤ ਹੀ ਦੇ ਦਿੱਤੀ, ਇਦੋਂ ਤੇ ਮੌਤ ਹੀ ਚੰਗੀ ਹੈ। ਗਰੀਬੀ ਦਾ ਦੁੱਖ ਬੜਾ ਵੱਡਾ ਦੁੱਖ, ਪਰਾਈ ਆਸ ਤੇ ਰਹਿਣਾ। ਇਹ ਕਹਿੰਦੇ ਮਹਾਰਾਜ ਸਾਨੂੰ ਗਰੀਬੀ ਦਾ ਦੁੱਖ ਲੱਗਿਆ ਹੋਇਆ, ਰੁਲਦੇ ਫਿਰਦੇ ਆ। ਮਹਾਰਾਜ ਕਹਿੰਦੇ ਕੰਮ ਕਾਰ ਕੀ ਤੁਹਾਡਾ ਕਾਰੋਬਾਰ? ਕਹਿੰਦੇ ਜੀ ਕਾਹਦਾ ਕਾਰੋਬਾਰ ਹੈ, ਲੋਕਾਂ ਦੇ ਘਰਾਂ 'ਚ ਜਾ ਕੇ ਗੀਤ ਗਾਈਦੇ ਆ, ਗਾਣੇ ਗਾਈਦੇ ਆ, ਇੱਕ ਇੱਕ ਟਕੇ ਟਕੇ ਵਾਸਤੇ, ਇੱਕ ਪੈਸੇ ਪੈਸੇ ਵਾਸਤੇ ਗਾਉਂਦੇ ਫਿਰਦੇ ਆ, ਕਾਹਦਾ ਕਾਰੋਬਾਰ ਹੈ, ਰੁਲਦੇ ਹੀ ਫਿਰਦੇ ਆ। ਤੁਸੀਂ ਕਿਰਪਾ ਕਰੋ ਸਾਡੀ ਗਰੀਬੀ ਦੂਰ ਕਰ ਦਿਓ, ਸਾਨੂੰ ਰੁਲਦਿਆਂ ਫਿਰਦਿਆਂ ਨੂੰ ਭਰੀ ਦਮਾ ਆਪਣੇ ਚਰਨੀ ਲਾ ਲੈ, ਫਿਰਦਿਆਂ ਨੂੰ ਭਰੀ ਦਮਾ ਆਪਣੇ ਚਰਨੀ ਲਾ ਲੈ। Thank you.
महाराज सानू गरीबी का दुख लग्या होया है, साडा ये दलिद्र ताई का रोग कट दिओ। हजूर कहिंदे कम तुहाडा गाउण दा, कहिंदे जी काहदा कम है। हजूर कहिंदे कारोबार नहीं माड़ा कोई, कारोबार विच फर्क पा दिओ थोड़ा जिहा। गाउण गाउण विच फर्क है, सौण सौण विच फर्क है, खाण खाण विच फर्क है। नचण दा कम आपां कहिंदे आ माड़ा है, नचण नचण विच वी फर्क है। जे तेनों नचण दा ढंग आ जे, रब दे प्यारिआं ने नच के ही रब नूं मना लिया, नचना इबादत बन जांदा है। नचण दा जेकर वल हो गए, जे किते तेनों नचना आ गया, सौणा बंदगी बन जूगा। जे तेनों रब नाल जुड़ के सौण दा तरीका आ गया, तेरा खाणा भगती बन सकदा है जे तेनों खाण दा तरीका आ जाए। बस काम विच फर्क पाउणा पौंदा। कहिंदे जी किवें, महाराज कहिंदे गाओ जी सदके। जिथे गंदे मंदे गाने गाउणे हो ना, उत्थे गुरु दी बाणी गाउणी शुरू कर दिओ। बाणी गाया करो, गुरबाणी गावह भाई सफल हां सुखदाई। आवो सिख सतगुर के प्यारिओ, गावो सच्ची बाणी। बाणी तो गावो गुरु केरी बाणिया सिर बाणी। सिर बाणी केड़ी है, सरमौर बाणी केड़ी है, वो धन गुरु ग्रंथ साहिब महाराज की बाणी है। सिर बाणी बाणिया बहुत ने संसार विच, पर जे गुरु शब्द लगे है, केवल धन गुरु ग्रंथ साहिब महाराज अगे लगे है। ये सरमौर बाणी सिर बाणी। हजूर कहिंदे आ बाणी गाउणी शुरू कर दिओ, तुहाडे ते किरपा ही किरपा हो जाऊगी। तू गा रब दे गीत, नानक भौजल पार परे जो गावे प्रभु के गीत। हजूर कहिंदे गाउणा किधरों माड़ा है, संगीत ए रब दा रूप है। जिनू भी आत्म ज्ञान होए, जे किते उहदा ब्रह्म ज्ञान अंदरों निकले ना, वह गुरमुखों गीत दे जरिए निकले। गा गई भागवत गीत, वह भगवान दे गीत ही ने गुरमुखों भागवत गीता। गा गई वह ज्ञान अंदरों प्रगट होया। इस वास्ते पंजवें पातशाह सत्ते बलवंडे नूं कहिंदे गाओ। वह कहिंदे महाराज की गाईए, सतगुर कहिंदे ने गुरबाणी गुरबाणी गावो गुरबाणी 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 गावो Thank you.
ਬਾਣੀ ਨੂੰ ਗਾਇਆ ਉਹਦੇ ਤੇ ਕਿਰਪਾ ਹੋਈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਤੂੰ ਗਾਈ ਚੱਲ ਗਾਉਂਦਾ ਹੀ ਗਾਇਆ। ਕਿੰਨੇ ਕਿੰਨੇ ਰੱਬ ਨੂੰ ਗਾਉਣ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਪਤਾ ਹੀ ਨੀ ਕਿੰਨੇ ਕੁ ਨਿਰੰਕਾਰ ਨੂੰ ਗਾ ਰਹੇ ਆ। ਇਹ ਨਹੀਂ ਵੀ ਇਕੱਲਾ ਬਾਜੇ ਨਾ ਸਾਜਾ ਨਾ ਹੀ ਗਾਇਆ ਜਾਂਦਾ ਹੈ। ਇੱਕ ਸਮਾਧੀ ਲਾਈ ਬੈਠਾ ਸਿੱਧ ਮਹਾਂਪੁਰਸ਼ ਉਹ ਚੁੱਪ ਦੇ ਵਿੱਚ ਹੀ ਅਕਾਲ ਪੁਰਖ ਨੂੰ ਗਾ ਰਿਹਾ ਹੈ। ਹਜ਼ੂਰ ਕਹਿੰਦੇ ਨੇ ਗਾਵਨ ਸਿੱਧ ਸਮਾਧੀ ਅੰਦਰ, ਉਹ ਸਮਾਧੀ ਲਾ ਕੇ ਬੈਠਾ ਹੀ ਗਾ ਰਿਹਾ। ਗਾਵਨ ਸਾਧ ਵਿਚਾਰੇ, ਤੇ ਜਿਹੜਾ ਵਿਚਾਰ ਕਰ ਰਿਹਾ ਹੈ ਉਹ ਵਿਚਾਰ ਦੇ ਵਿੱਚ ਹੀ ਵਾਹਿਗੁਰੂ ਨੂੰ ਗਾ ਰਿਹਾ ਹੈ। ਤੇਰੇ ਭਗਤ ਕਿੰਨੇ ਕੁ ਤੈਨੂੰ ਗਾਉਂਦੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ, ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚੇਤਨਾ ਆਵਾ। ਪਤਾ ਹੀ ਨੀ ਮਹਾਰਾਜ ਕਹਿੰਦੇ ਤੈਨੂੰ ਕਿੰਨੇ ਕੁ ਗਾਉਂਦੇ। ਤੇਰੇ ਭਗਤ ਭਗਤ ਰਸਾ ਲੇ, ਉਹ ਤੈਨੂੰ ਰਸ ਲੈ ਕੇ ਗਾਉਂਦੇ, ਉਹਨਾਂ ਦਾ ਗਾਉਣਾ ਪ੍ਰਵਾਨ ਹੈ। ਮਹਾਰਾਜ ਕਹਿੰਦੇ ਗਾਓ ਅਕਾਲ, ਗਾਉਣ ਦਾ ਕੰਮ ਕੌਣ ਕਹਿੰਦੇ ਮਾਤਾ, ਤੁਸੀਂ ਰੱਬ ਨੂੰ ਗਾਉਣਾ ਸ਼ੁਰੂ ਕਰੋ। ਜੇ ਹੁਣ ਮਨੁੱਖਾ ਜਨਮ ਦੇ ਵਿੱਚ ਨਾ ਗਾਇਆ ਫਿਰ ਕਦੋਂ ਗਾਉਂਗੇ। ਜੇ ਆਹ ਸਮਾਂ ਲੰਘ ਗਿਆ ਹੁਣ ਨਾ ਤੂੰ ਵਾਹਿਗੁਰੂ ਨਾਲ ਜੁੜਿਆ ਉਹਨੂੰ ਗਾਇਆ ਕਦ ਗਾਏਗਾ। ਜਿਹੜਾ ਬੰਦਾ ਸਵੇਰੇ ਉੱਠ ਕੇ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਜਪਦਾ ਇਕੱਲਾ ਹੀ, ਉਹ ਰੱਬ ਨੂੰ ਗਾ ਰਿਹਾ, ਉਹ ਵੀ ਕੀਰਤੀ ਕਰ ਰਿਹਾ ਅਕਾਲ ਪੁਰਖ ਦੀ। ਜੇ ਹੁਣ ਨਾ ਗਾਇਆ ਆਹ ਸਮਾਂ ਲੰਘਿਆ, ਆਉਂਦੇ ਜਨਮ ਵਿੱਚ ਤੈਨੂੰ ਟੇਢੀਆਂ ਮੇਢੀਆਂ ਜੇ ਕਿਤੇ ਜੂਨਾਂ ਚ ਗਾਣਾ ਪੈ ਜਾਣਾ ਪੈ ਗਿਆ ਫਿਰ ਕਿਵੇਂ ਗਾਏਗਾ। ਸੱਚੇ ਪਾਤਸ਼ਾਹ ਕਹਿੰਦੇ ਆ ਕੋਈ ਹੋਰ ਸਰੀਰ ਮਿਲ ਗਿਆ, ਚਾਰ ਪਾਂਬ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ। ਚਾਰ ਪੈਰ ਨੇ ਪਸ਼ੂ ਦੇ, ਚਾਰ ਪਾਂਬ ਦੋਏ ਸਿੰਘ, ਦੋ ਸਿੰਘ ਆ ਗਏ ਜਦੋਂ, ਗੁੰਗ ਮੁੱਖ ਮੂੰਹ ਤੇਰਾ ਗੁੰਗਾ ਹੀ ਹੋ ਗਿਆ ਜਦੋਂ, ਫਿਰ ਕਿਵੇਂ ਗਾਏਗਾ। ਹੁਣੇ ਗਾ ਅਕਾਲ ਪੁਰਖ, ਜੇ ਸਮਾਂ ਲੰਘ ਗਿਆ ਫੇਰ ਨੀ ਗੱਲ ਬਣਨੀ। ਜੇ ਕਿਤੇ ਹੋਰ ਕਿਸੇ ਜੂਨ ਵਿੱਚ ਚਲਿਆ ਗਿਆ, ਪਸ਼ੂ ਬਣ ਗਿਆ, ਪਸ਼ੂ ਕਿਵੇਂ ਗਾਉਂਦੇ ਆ, ਕਿਵੇਂ ਗਾਏਗਾ। ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ, ਕਿਵੇਂ ਗਾਏਗਾ। ਮਹਾਰਾਜ ਕਹਿੰਦੇ ਗੁੰਗਾ ਮੁੱਖ ਹੋ ਗਿਆ ਫੇਰ ਕਿਵੇਂ ਗੁਣ ਗਾਏਗਾ। ਮੁੰਗਾ ਮੁੱਖ ਹੋ ਗਿਆ ਫੇਰ ਕਿਵੇਂ ਮੁੰਗਾ ਮੁੱਖ ਹੋ ਗਿਆ।
जन्म विच गा सकते हैं। हजूर ने इन्हां नूं हुक्म कीता, तरीका दस्या, इन्हां ने फिर गंदे मंदे गाने छड्डते बाणी गाउणी शुरू कर दी। ओही साजां ते बाणी गाउंदे रोज कीर्तन करदे ऐ, संगतां कीर्तन सुणदियां, हौली हौली कृपा होनी शुरू हो गई। माया भी वाधू है कोल, आनंद विच जिंदगी बतीत होती है। उन्हां समयां दे विच पक्का मकान है इन्हां दा, जिवें अज दे समें च किते दूर दराडे जाण नूं गड्डियां चाहीदियां, इदां दा साधन भी इन्हां दे कोल है। सब तों वड्डी गल, इलाके विच संगत विच इन्हां दा माण सत्कार बढ़े। माया मिल जाणी, पैसा धेला मिल जाणा, इह कोई बहुती वड्डी गल नहीं हुंदी। माण सत्कार इज्जत मिलनी, यह बड़ी वड्डी गल है। यह तैनू मुल नहीं मिलूगी, इहदा मुल कोई नहीं। तैनू अपना कर्म सही करना पऊगा, फिर तैनू माण सत्कार इज्जत इत्थे भी मिलूगा ते अगे भी मिलूगा। अपना कर्म तैनू सही करना पऊगा। दुनिया भर के धर्म शास्त्र बंदे का कर्म सही करने वास्ते कहिंदे, जिहदा कर्म सही हो गया ना, उहनूं धर्मी बनण की लोड़ ही नहीं, खुद ही धर्मी हुंदा है। तेरा कर्म जिदन सही हो, धर्म तेरी जिंदगी चों दिसूगा। अपना धर्म ही बनने के उत्ते जोर लग्या पिया है, ते कर्म साडा बिगड़दा जांदा है। तू कर्म सही कर। महात्मा बुद्ध जी, उन्हां दे धर्म विच, उन्हां दी फिलोसफी च धर्म की गल ही नहीं कीती, उत्थे गल ही कर्म दी है। अपना कर्म सही करो कहिंदे। वेद शास्त्र बंदे नूं कर्म सही करन दी गल करदे। 18 अध्याय ने गीता दे, 700 श्लोक है, धर्म की गल ही नहीं कहते, गल ही कर्म की है। हे अर्जन, तू अपना कर्म सही कर ले, कर्म योगी बन जा, उत्तम पदवी नूं प्राप्त होएगा। धर्म ही बनने की लोड़ ही नहीं तेनूं, कर्म सही कर। वेद कहिंदा है, धीर का सुधर्मं, तेनू धर्म धर्मी बनने वास्ते कर्म सही करना पड़ेगा। धारण करे सो धर्म है, चंगे गुणा नूं धारण करना ही धर्म है। ते गुरु घर दे विच सच्चे पातशाह ने सानू कर्म सही करन दी गल आखी। तेरा कर्म सही होना चाहिए। कर्म दे पिछे सोच किहड़ी कम करदी है, इरादा किहड़ा तेरा, वह सही करना पड़ेगा। हुण गुरमुखो, चोरी का कर्म आपां कहिंदे आ माड़ा है, सारी दुनिया कहिंदी आ वी चोरी करनी माड़ी है, पर इत्थे गुरु दे घर विच कई वारी चोरां ते कृपा भी हुई है। समण मूसण उन्हां ने चोरी भी कीती है, पर चोरी करन दे पिछे इरादा कहदा है, किसे दा घर भन्न के लै आईए मगरों मौजां करिए, नहीं नहीं, इह इरादा नहीं। चोरी करके संगतां दी सेवा करांगे, गुरु दी सेवा करांगे, ते बाद दे विच जाके सेठ दे पैर फड़ लांगे, सारा समान उन्हूं वापस कर देंगे। कर्म चोरी दा माड़ा है, पर इरादा बड़ा चंगा है, वो गुरु दी नज़र च परवान हो गए। धन बाबा विधि चंद जी महाराज दो बारी घोड़े लियांदे बादशाह दे महलां चों चरा के। कर्म माड़ा चोरी दा, पर पिछे इरादा की है? इरादा बड़ा वधिया, अपने गुरु की खुशी लैनी है। इरादा माड़ा नहीं, ते कर्म वेखण नूं माड़ा है, वह कर्म रब की नज़र विच प्रवान हो गया। ते सच बोलना आपां कहने आ चंगा बड़ा है, जे तेरे सच बोलण दे पिछे तेरा इरादा माड़ा है, की करवाउणा इहो जे सच तों। गंगू ने सच ही बोलिया गुरमुखो जाके, कहिंदा साहिबजादे मेरे घर ने कोई झूठ नहीं सच बोलिया, पर इहो जे सच तों करवाउणा की है। उहने बाबे साहिबजादे नीहां चखलारते,
ਇਹੋ ਜਿਹਾ ਸੱਚ ਉਹ ਲੱਖਾਂ ਕਰੋੜਾਂ ਝੂਠਾਂ ਤੋਂ ਵੀ ਭੈੜਾ ਹੈ। ਗੁਰੂ ਮਹਾਤਮਾ ਬੰਦੇ ਦਾ ਕਰਮ ਸਹੀ ਕਰਦੇ ਹੈ, ਕਰਮ ਦੇ ਪਿੱਛੇ ਜਿਹੜੀ ਸੋਚ ਕੰਮ ਕਰਦੀ ਹੈ, ਜਿਹੜਾ ਇਰਾਦਾ ਹੈ ਉਹ ਤੇਰਾ ਸਹੀ ਹੋਣਾ ਚਾਹੀਦਾ। ਜਿੱਦਣ ਉਹ ਤੇਰਾ ਸਹੀ ਹੋ ਗਿਆ ਨਾ ਇਰਾਦਾ, ਉਦਣ ਤੂੰ ਰੱਬ ਦੀ ਨਜ਼ਰ ਚ ਪ੍ਰਵਾਨ ਹੋ ਜਾਏਗਾ। ਸੱਤਾ ਤੇ ਬਲਵੰਡਾ ਕੀਰਤਨ ਕਰਦੇ ਆ, ਗਾਉਂਦੇ ਆ, ਹੌਲੀ ਹੌਲੀ ਜ਼ਿੰਦਗੀ ਬਦਲਣ ਲੱਗ ਗਈ, ਗੁਰਮੁਖਾਂ ਚ ਬਹਿੰਦੇ ਉੱਠਦੇ ਆ, ਗੁਰਸਿੱਖਾਂ ਚ। ਗੁਰਸਿੱਖਾਂ ਦੀ ਸੰਗਤ ਕਰਨੀ ਤੇ ਰੰਗ ਚੜ੍ਹਦਾ। ਚੰਦਨ ਕਾ ਬਿਰਬਾ ਪੱਲਾ ਵੇਢਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ। ਚੰਗਿਆਂ ਲੋਕਾਂ ਕੋਲ ਰਹਿੰਦਾ ਰਹਿੰਦਾ ਤੂੰ ਹੌਲੀ ਹੌਲੀ ਚੰਗਾ ਬਣ ਜਾਏਗਾ, ਕਿਉਂਕਿ ਸੰਗਤ ਅਸਰ ਵਿਖਾਉਂਦੀ ਹੈ। ਬੱਸਾਂ ਦਾ ਸਫ਼ਰ ਤੁਸੀਂ ਸਾਰਿਆਂ ਨੇ ਕੀਤਾ, ਜਦੋਂ ਕਦੇ ਆਪਾਂ ਬੱਸ ਚੜ੍ਹਦੇ ਹਾਂ ਕਦੇ ਵੇਖਿਓ ਬੱਸ 'ਚ ਲਿਖਿਆ ਹੁੰਦਾ ਵੀ 1-2-3 ਸੀਟਾਂ ਉੱਤੇ ਸੌਣ ਦੀ ਮਨਾਹੀ ਹੈ। ਕਹਿੰਦੇ ਸੌਣਾ ਨਹੀਂ, ਪਹਿਲੀਆਂ 3-4 ਸੀਟਾਂ 'ਤੇ ਕੋਈ ਬੰਦਾ ਸੌਵੇ ਨਾ। ਉਹ ਕਿਉਂ ਲਿਖਿਆ ਹੁੰਦਾ? ਕਿਉਂਕਿ ਉੱਥੇ ਬਹਿ ਕੇ ਡਰਾਈਵਰ ਗੱਡੀ ਚਲਾਉਂਦਾ। ਜੇ ਕਿਤੇ ਪਹਿਲੀਆਂ ਸੀਟਾਂ 'ਤੇ ਆਪਣੇ ਅਰਗੇ ਜਾ ਕੇ ਘਰਾੜੇ ਮਾਰਨ ਲੱਗ ਗਏ, ਸੁੱਤਿਆਂ ਦੀ ਸੰਗਤ ਕਰਦਾ ਕਰਦਾ ਕਿਤੇ ਡਰਾਈਵਰ ਨਾ ਸੌਂ ਜੇ, ਉਹ ਤਾਂ ਲਿਖਿਆ ਹੁੰਦਾ ਵੀ ਪਹਿਲੀਆਂ ਸੀਟਾਂ 'ਤੇ ਸੌਣਾ ਨਹੀਂ ਚਾਹੀਦਾ। ਸੁੱਤਿਆਂ ਦੀ ਸੰਗਤ ਤੈਨੂੰ ਸਵਾ ਸਕਦੀ ਹੈ ਤੇ ਜਾਗਿਆਂ ਹੋਇਆਂ ਦੀ ਸੰਗਤ 'ਚ ਸੁੱਤਾ ਪਿਆ ਵੀ ਜਾਗ ਪੈਂਦਾ। ਉਹਦਾ ਅਰਥ ਹੈ ਜਾਗਦਿਆਂ ਦੀ ਸੰਗਤ ਕਰੋ। ਜਿਹੜੇ ਗਿਆਨ ਕਰਕੇ ਜਾਗ ਗਏ, ਜਿਨ੍ਹਾਂ ਦੀ ਜ਼ਿੰਦਗੀ ਜਾਗ ਗਈ, ਮਹਾਰਾਜ ਕਹਿੰਦੇ ਤੂੰ ਉਹਨਾਂ ਦੀ ਸੰਗਤ ਕਰ। ਉਹਨਾਂ ਦੀ ਸੰਗਤ ਕਰਦਾ ਕਰਦਾ, ਚੰਦਨ ਦੀ ਸੰਗਤ ਕਰਦਾ ਕਰਦਾ ਤੂੰ ਵੀ ਚੰਦਨ ਬਣ ਜਾਏਗਾ। ਚੰਦਨ ਹੋ ਜਾਂਦੇ ਨੇ ਚੰਦਨ ਕੋਲ ਵਸਦੇ ਜਿਹੜੇ, ਚੰਦਨ ਬਣ ਜਾਂਦੇ ਚੰਦਨ ਕੋਲ ਵਸਦੇ ਚੰਦਨ ਹੋ ਜਾਂਦੇ ਨੇ ਚੰਦਨ ਚੁਲ ਬਣਦੇ ਚੰਦਨ ਬਣ ਜਾਂਦੇ ਚੰਦਨ ਚੁਲ ਬਣਦੇ ਇੱਕ ਜੰਗਲ ਵਿੱਚ ਖਲੋਤਾ ਚੰਦਨ ਹੈ, ਉਹ ਵੀ ਰੰਗ ਚਾੜਦਾ। ਗੁਰੂ ਮਹਾਤਮਾ ਵੀ ਚੰਦਨ ਹੁੰਦੇ ਆ ਰੱਬ ਦੇ ਪਿਆਰੇ। ਉਹ ਵੀ ਚੰਦਨ ਉਹ ਵੀ ਚੰਦਨ ਉਹ ਵੀ ਚੰਦਨ ਉਹ ਵੀ ਚੰਦਨ ਵਸਦੇ ਚੰਦਨ ਪਾਸ ਚੰਦਨ ਹੋ ਜਾਂਦੇ ਵਸਦੇ ਚੰਦਨ ਪਾਸ ਚੰਦਨ ਹੋ ਜਾਂਦੇ ਖਾਲੀ ਵੀ ਰਹਿ ਜਾਂਦਾ ਖਾਲੀ। ਚੰਦਨ ਦੇ ਕੋਲ ਰਹਿੰਦਾ ਰਹਿੰਦਾ ਵੀ ਕੋਈ ਖਾਲੀ ਰਹਿ ਜਾਂਦਾ ਹੁੰਦਾ। ਕੌਣ ਹੈ ਉਹ?
ਬਾਣੀ ਚ ਉਹਦਾ ਵੀ ਨਾਂ ਲਿਖਿਆ ਬਾਂਸ ਵਡਾਈ ਬੁੱਢਿਆ ਇਉਂ ਮਤ ਬੁੱਢੋ ਕੋਏ ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ ਈਰਖਾ ਦਾ ਭਰਿਆ ਮਾਣ ਦਾ ਭਰਿਆ ਬਾਂਸ ਖਾਲੀ ਰਹਿ ਗਿਆ ਬਾਂਸ ਰਹਿ ਗਿਆ ਸੁਗੰਧੀ ਉਹ ਖਾਲੀ ਨੇੜੇ ਰਹਿ ਕੇ ਚੰਦਨ ਰਹਿ ਗਿਆ ਸੁਗੰਧੀ ਨੇੜੇ ਰਹਿ ਕੇ ਚੰਦਨ ਮਨਮੁਖ ਬੰਦਾ ਗੁਰੂ ਮਹਾਂਪੁਰਸ਼ਾਂ ਕੋਲ ਰਹਿੰਦਾ ਰਹਿੰਦਾ ਵੀ ਖਾਲੀ ਰਹਿ ਜਾਂਦਾ। ਇਹ ਸੱਤਾ ਬਲਵੰਡਾ ਹੌਲੀ ਹੌਲੀ ਕੀਰਤਨ ਕਰਨਾ, ਰੱਬ ਦਾ ਨਾਂ ਜਪਣਾ, ਕਿਰਪਾ ਹੁੰਦੀ ਹੁੰਦੀ ਸਭ ਕੁਝ ਮਿਲ ਗਿਆ, ਮਾਣ ਸਤਿਕਾਰ ਬੜਾ ਇਲਾਕੇ ਵਿੱਚ, ਤੇ ਹੌਲੀ ਹੌਲੀ ਇਹਨਾਂ ਦਾ ਫਿਰ ਖੋਟਾ ਕਰਮ ਜਾਗ ਪਿਆ। ਹੰਕਾਰ ਦਾ ਕੰਡਾ ਖੁੱਭ ਗਿਆ ਇਹਨਾਂ ਦੇ। ਹੰਕਾਰ ਕਹਿੰਦੇ ਵੀ ਸਾਡੇ ਅਰਗਾ ਦੇ ਕੀਰਤਨੀਆਂ ਹੀ ਕੋਈ ਨੀ, ਗੁਰੂ ਘਰ ਵਿੱਚ ਸਾਡੇ ਅਰਗਾ ਦਾ ਕੀਰਤਨ ਹੀ ਨੀ ਕਰ ਸਕਦਾ ਕੋਈ। ਹੰਕਾਰ ਬੋਲਦਾ ਪੰਜਵੇਂ ਪਾਤਸ਼ਾਹ ਨੂੰ, ਕਹਿੰਦੇ ਮਹਾਰਾਜ ਸਾਨੂੰ ਥੋੜੀ ਜਿਹੀ ਮਾਇਆ ਚਾਹੀਦੀ। ਸਤਿਗੁਰ ਕਹਿੰਦੇ ਦੱਸੋ ਕਾਹਦੇ ਵਾਸਤੇ? ਕਹਿੰਦੇ ਆਪਣੀ ਲੜਕੀ ਦੀ ਅਸੀਂ ਸ਼ਾਦੀ ਕਰਨੀ ਹੈ, ਮਾਇਆ ਦੋ। ਹਜ਼ੂਰ ਕਹਿੰਦੇ ਦੇ ਦਿੰਦੇ ਹਾਂ, ਦੱਸੋ ਕਿੰਨੀ ਮਾਇਆ ਚਾਹੀਦੀ? ਨਹੀਂ ਕਹਿੰਦੇ ਏਦਾਂ ਨਹੀਂ ਚਾਹੀਦੀ ਮਾਇਆ। ਹਜ਼ੂਰ ਕਹਿੰਦੇ ਕਿਵੇਂ ਚਾਹੀਦੀ ਹੈ? ਕਹਿੰਦੇ ਜਦੋਂ ਅਸੀਂ ਕੀਰਤਨ ਕਰਾਂਗੇ ਜਿੰਨਾ ਚੜਾਵਾ ਚੜੂਗਾ ਉਹ ਸਾਨੂੰ ਸਾਰਾ ਚੜਾਵਾ ਚਾਹੀਦਾ। ਮਹਾਰਾਜ ਕਹਿੰਦੇ ਇਹਦੇ ਚ ਕਿਹੜੀ ਵੱਡੀ ਗੱਲ, ਤੁਸੀਂ ਕੀਰਤਨ ਕਰਿਓ ਜਿੰਨਾ ਚੜਾਵਾ ਆਊਗਾ ਚੜਾਵਾ ਲੈ ਜਿਓ। ਬੜੇ ਖੁਸ਼ ਹੋਏ। ਅਗਲੇ ਦਿਨ ਜਿਹੜੇ ਟਾਈਮ ਕੀਰਤਨ ਕਰਨਾ ਸੀ ਉਦੋਂ ਘੰਟਾ ਪਹਿਲਾਂ ਹੀ ਆਇਆ, ਕਰਤਾ ਕੀਰਤਨ ਸ਼ੁਰੂ। ਕੀਰਤਨ ਕਰੀ ਜਾਂਦੇ ਆ, ਕੀਰਤਨ ਕਰੀ ਜਾਂਦੇ ਆ, ਨਜ਼ਰ ਇਹਨਾਂ ਦੀ ਚੜਾਵੇ 'ਚ ਹੈ ਵੀ ਕਿੰਨੀ ਕਮਾਇਆ ਆਉਂਦੀ ਹੈ। ਕਿਉਂਕਿ ਲੋਕਾਂ ਦੇ ਮਨ 'ਚ ਭਰਮ ਹੁੰਦਾ ਵੀ ਪਤਾ ਨਹੀਂ ਕਿੰਨਾ ਕੁ ਚੜਾਵਾ ਚੜ ਜਾਂਦਾ।
पता नहीं गुरुद्वारे ने चढ़ावा ही किन्ना को हो जाता है। ये आम लोगों के मन च भरम, इन्हों के मन च भी भरम बड़ा सी। कीर्तन करी गए ते जदों समाप्ति करनी सी घंटा होर लाता हटदे ही नहीं भी माया होर हो जाए। बस फिर कीर्तन की समाप्ति तो बाद भोग पै गया। जदों माया गिनी 100 रुपया भी नहीं बनया, बड़े नाराज होंगे है, कहते इन्ना समा असी कीर्तन करें साडा तो बने कुछ नहीं, गुस्से होके चले गए। अगले दिन संगत उड़ीकदी है, सतगुर उड़ीकदे है, सत्ता बलवंडा आई नहीं कीर्तन कर। सिख कहते महाराज वो नहीं आए, बुला लियाने जाके। सतगुर कहते बुलाओ। बाबा बुढ़ा जी गए बुलाउण, ये सत्ता बलवंडा मौज ना मंजिया ते पए है। बाबा जी कहते चलो भाई कीर्तन करो, सतगुर उड़ीकदे आ, संगतां उड़ीकदियां। ये कहते असीं जाना ही नहीं, असीं नहीं जाना कहते कीर्तन करन। कहते क्यों? कहते जी तुहाडे गुरु ने साडे नाल धोखा कीता, लै एड़ी छेती तुहाडा गुरु। बंदे दी सब तो पहला बोली बदलती है, बोली तो पता लगता है भाई अंदर की है। अंदरली गंदगी चेहरे तो बोली तो पता लग जाती है। जदों बंदा अंदरों बदलिया हुंदा पहला उहदी बोली बदलती है। महाराज कहिंदे आ जो जी होए सो उगवै मूंह का कहिया वाओ। बड़ा समझाया बाबा बुढ़ा जी ने, किथे मनदे आ, नहीं कहिंदे असीं आउणा ही नहीं, तुहाडे गुरु ने साडे नाल धोखा कीता। बाबा जी मुड़े आए। पंजवें पातशाह कहते आए नहीं, सत्ता बलवंडा कहते जी वह नहीं आते। भाई गुरदास जी कहते जी मैं बुला लिया। महाराज कहते तुसी चले जाओ। भाई गुरदास जी गए सत्ते बलवंडे नू, कहते चलो भाई संगत तो उड़ीकदी है, उन्होंने माण होर वध गया, असी नहीं आना। कहते तुहाडे गुरु ने साडे नाल तक धोखा किया है। कहते की? कहते गुरु जी ने संगत नू कहता इन्हों पैसा ना चढ़ायो, असी लड़की की शादी करनी है, असी इन्ना चिर कीर्तन करिया सानू तो मिले कुछ नहीं, असी नहीं आवांगे। भाई गुरदास जी कोई आम महापुरश नहीं, गुरमुखो सनातन में जिहड़ा औहदा महारिषि वेद व्यास जी को, वेद व्यास जी वर्गा विद्वान कोई नहीं साडे ब्राह्मण ब्राह्मण च। ते गुरु घर दे विच भाई गुरदास जी नू वेद व्यास आख्या जाता, जिहड़ी उन्हां दी बाणी है ना वह धन गुरु ग्रंथ साहिब महाराज की बाणी की कुंजी है। भाव के उन्हां दी बाणी पढ़े तो बिना धन गुरु ग्रंथ साहिब महाराज की बाणी की बंदा समझ नहीं पा सकता। कुंजी तुहानू पता भी जिंदा कुंजी नहीं खुलता होता, उन्हां दी बाणी कुंजी है, ते कुंजी तो बिना कदे जिंदा नहीं खुलता, तो खुल जाता है। कुंजी तो बिना जिंदा खुल जाता है भाई, एवें मन जाने क्यों नहीं खुलता, सबल पा के भी तो तोड़ ही दे दे, पर जेड़ा कुंजी तो बिना खुलता ना वो मुड़ के किसी के काम नहीं होता। एवें भाई गुरदास जी नू पढ़े तो बिना जे बाणी दे अर्थ करांगे वो ना करन वाले दे पल्ले पैंदे आ ना सुन वाले दे। ये वड्डे महापुरखां दे वचन ने, संत ज्ञानी गुरबचन सिंह जी महाराज भिंडरां वाले कहते भाई गुरदास जी नू पढ़े तो बिना बंदा धन गुरु ग्रंथ साहिब महाराज की बाणी का चोर ही है। समझ लो जिवें चोर जिंदा खोलते ना सबल पा के, लै आई कहते खोलते फिर जिंदा। उन्हां दी बाणी पहला पढ़नी पैंदी है भाई गुरदास जी, उन्हां दी वारां उन्हां दे कवित पढ़े तो बिना बाणी के अर्थ नहीं होंदे। गुरु एडे वड्डे महापुरश ने भाई गुरदास जी, वो सत्ते बलवंडे दे हाड़े कढ़दे है, कहिंदे प्यारे ऐ नहीं नाराज होइंदा हुंदा, माया की कि गल है, माया होर दवा देंगे तो चलो। वो कहिंदे असीं जाना ही नहीं, असीं कीर्तन करिया साडा बणे कुछ नहीं। भाई गुरदास जी कहिंदे इह तां फल है, फिर
ਜਿਹੋ ਜੀ ਭਾਵਨਾ ਨਾਲ ਕੀਰਤਨ ਕਰਿਆ ਉਹ ਜਿਹਾ ਫਲ ਮਿਲ ਗਿਆ। ਬੰਦਾ ਜਿਹੋ ਜਿਹਾ ਬੀਜਦਾ ਉਹ ਜਿਹਾ ਵੱਢਦਾ। ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ, ਖਰੀਦਾ ਲੋੜੇ ਦਾਖ ਵਿਜੋਰੀਆਂ, ਕਿੱਕਰ ਬੀਜੇ ਜੱਟ, ਹੰਡਾ ਉਨਕ ਤਾਏ ਦਾ ਬਹਿੰਦਾ ਲੋੜੇ ਪੱਟ। ਕਿੱਕਰ ਬੀਜ ਕੇ ਬਿਜੌਰ ਦੀਆਂ ਦਾਖਾਂ ਤੈਨੂੰ ਕਿੱਥੋਂ ਮਿਲ ਜਾਣਗੀਆਂ? ਕਰਮ ਮਾੜੇ ਤੇ ਫਲ ਸੁੱਖ ਨਹੀਂ ਨਹੀਂ, ਇਹ ਤਾਂ ਕਰਮਾਂ ਦੀ ਖੇਤੀ ਏ। ਕਿੱਥੋਂ ਭਾਲਦੈ ਬਿਜੌਰ ਦੀਆਂ ਦਾਖਾਂ? ਬਿਜੌਰ ਵਾਲੀਆਂ ਦਾਖਾਂ ਨੀ ਕਿੱਥੋਂ ਲੱਭਦੀਆਂ? ਵੇਖ ਲਓ ਬਾਣੀ ਚ ਲਿਖਤਾ ਮਹਾਰਾਜ, ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਤੇ ਬੀਜਦਾ ਕਿੱਕਰ ਫਿਰਦੈ। ਕਿੱਥੋਂ ਭਾਲਦੈ ਬਿਜੌਰ ਦੀਆਂ ਦਾਖਾਂ? ਕਿੱਕਰਾਂ ਦੇ ਬੀਜ ਬੀਜ ਕੇ ਭਾਲਦੈ ਬਿਜੌਰ ਦੀਆਂ ਦਾਖਾਂ, ਕਿੱਕਰਾਂ ਦੇ ਬੀਜ ਬੀਜ ਦਾਖਾਂ ਮਿਲਣੀਆਂ ਜੋ ਬੀਜਣਾ ਵੱਢਣਾ ਪੈਂਦਾ। ਨਹੀਂ ਜੀ ਕਹਿੰਦੇ ਅਸੀਂ ਆਉਣਾ ਹੀ ਨਹੀਂ ਕੀਰਤਨ ਕਰਨ। ਮੋੜ ਤਾਂ ਭਾਈ ਗੁਰਦਾਸ ਜੀ ਆ ਗਏ ਵਾਪਸ, ਪੰਜਵੇਂ ਪਾਤਸ਼ਾਹ ਕਹਿੰਦੇ ਉਹ ਨਹੀਂ ਆਏ, ਕਹਿੰਦੇ ਮਹਾਰਾਜ ਉਹ ਨਹੀਂ ਆਉਂਦੇ। ਗੱਲਾਂ ਹੀ ਬੜੀਆਂ ਕਰਦੇ ਆ, ਸੱਚੇ ਪਾਤਸ਼ਾਹ ਸਾਰੀ ਗੱਲ ਸਮਝਦੇ ਆ, ਕਹਿੰਦੇ ਚਲੋ ਅਸੀਂ ਬੁਲਾ ਲਿਆਉਂਦੇ ਹਾਂ। ਵੇਖੋ ਤਖਤਾਂ ਤਾਜਾਂ ਦੇ ਮਾਲਕ ਪੰਜਵੇਂ ਪਾਤਸ਼ਾਹ ਆਪ ਚੱਲ ਪਏ। ਭੱਟਾਂ ਨੇ ਬਾਣੀ ਚ ਲਿਖਤਾ ਕਿ ਪੰਜਵੇਂ ਪਾਤਸ਼ਾਹ ਕੋਈ ਰੱਬ ਦਾ ਅਵਤਾਰ ਨਹੀਂ, ਕੋਈ ਰੱਬ ਦਾ ਰੂਪ ਨਹੀਂ। ਭੱਟ ਕਹਿੰਦੇ ਆ ਗੁਰ ਅਰਜਨ ਪ੍ਰਤੱਖ ਹਰ, ਪੰਜਵੇਂ ਪਾਤਸ਼ਾਹ ਖੁਦ ਅਕਾਲ ਪੁਰਖ ਨੇ। ਮਹਾਰਾਜ ਆਪ ਤੁਰ ਪਏ, ਕਹਿੰਦੇ ਅਸੀਂ ਬੁਲਾ ਲਿਆਉਂਦੇ ਹਾਂ, ਕੋਈ ਗੱਲ ਨਹੀਂ। ਬੱਚੇ ਹੈ ਸਾਡੇ, ਕਈ ਵਾਰੀ ਤਾਪ ਚੜ੍ਹ ਜਾਂਦਾ ਹੁੰਦਾ ਹੰਕਾਰ ਦਾ, ਤੇ ਜਿਹੜੀ ਬਿਮਾਰੀ ਹੁੰਦੀ ਹੈ ਬੰਦੇ ਨੂੰ ਸਾਰਾ ਕੁਝ ਉਵੇਂ ਦਿੰਦਾ ਹੁੰਦਾ। ਕਈ ਵਾਰੀ ਸੱਪ ਲੜੇ ਦੇ ਨਾ, ਸਾਰੇ ਆਲੇ ਦੁਆਲੇ ਸੱਪ ਹੀ ਦਿੰਦੇ ਹੁੰਦੇ।
ਤੇ ਬੁਖਾਰ ਚੜੇ ਤੇ ਸਭ ਕੁਝ ਫਿੱਕਾ ਜਿਹਾ ਲੱਗਦਾ ਤੇ ਬੰਦਾ ਹੋਵੇ ਬਿਮਾਰ ਗਮਾਂਡ ਚ ਚੱਲਦੇ ਗਾਣੇ ਉਹਨੂੰ ਐਂ ਲੱਗਦੇ ਜਿਵੇਂ ਬੈਣ ਪੈਂਦੇ ਹੁੰਦੇ ਬਿਮਾਰੀ ਹੁੰਦੀ ਹੈ ਤੇ ਜਦੋਂ ਹੰਕਾਰ ਚੜਿਆ ਹੁੰਦਾ ਉਦੋਂ ਬੰਦਾ ਅੰਨਾ ਹੋਇਆ ਹੁੰਦਾ ਉਹਨੂੰ ਸੁੱਝਦਾ ਕੁਝ ਨਹੀਂ ਹੁੰਦਾ ਗੁਰੂ ਮਹਾਂਪੁਰਖਾਂ ਦੀ ਸਾਰ ਨਹੀਂ ਹੁੰਦੀ ਮਹਾਰਾਜ ਕਹਿੰਦੇ ਚਲੋ ਤਾਪ ਚੜ ਜਾਂਦਾ ਕਈ ਵਾਰੀ ਆਪ ਚਲੇ ਜਾਂਦੇ ਆ ਮਹਾਰਾਜ ਆਪ ਚਲੇ ਗਏ ਇਹਨਾਂ ਦੇ ਘਰੇ ਗੇਟ ਖੜਕਾਇਆ ਇਹ ਐਡੇ ਵਿਗੜੇ ਆ ਮੰਜੇ ਤੇ ਆਰਾਮ ਨਾ ਪਏ ਆ ਉੱਠ ਕੇ ਮੱਥਾ ਵੀ ਨਹੀਂ ਟੇਕੇ ਮਹਾਰਾਜ ਖਲੋ ਗਏ ਚਲੋ ਕਹਿੰਦੇ ਭਾਈ ਕੀਰਤਨ ਸੁਣਾਓ ਸਾਨੂੰ ਸੰਗਤ ਉਡੀਕਦੀ ਹੈ ਭਾਈ ਬੋਲਦੇ ਕਹਿੰਦੇ ਜੀ ਅਸੀਂ ਨਹੀਂ ਆਉਣਾ ਸਤਿਗੁਰ ਕਹਿੰਦੇ ਕੀ ਗੱਲ ਕਹਿੰਦੇ ਜੀ ਸਾਨੂੰ ਮਾਇਆ ਨਹੀਂ ਦਿੱਤੀ ਸੰਗਤ ਨੇ ਤੁਸੀਂ ਕਹਿਤਾ ਹੋਣਾ ਸੰਗਤ ਅਸੀਂ ਲੜਕੀ ਦਾ ਵਿਆਹ ਕਰਨਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਤੁਹਾਡੀ ਲੜਕੀ ਸਹੀ ਕਿ ਸਾਡੀ ਲੜਕੀ ਸਹੀ ਦੱਸੋ ਕਿੰਨੀ ਮਾਇਆ ਚਾਹੀਦੀ ਅਸੀਂ ਆਪੇ ਵਿਆਹ ਕਰ ਦਿਆਂਗੇ ਤੁਸੀਂ ਕਿਉਂ ਫਿਕਰ ਕਰਦੇ ਹੋ ਨਹੀਂ ਜੀ ਕਹਿੰਦੇ ਅਸੀਂ ਆਉਣਾ ਹੀ ਨਹੀਂ ਸਤਿਗੁਰੂ ਕਹਿੰਦੇ ਹੋਰ ਕੀ ਚਾਹੀਦਾ ਬਸ ਜੀ ਕਹਿੰਦੇ ਅਸੀਂ ਆਉਣਾ ਹੀ ਨਹੀਂ ਹਜ਼ੂਰ ਕਹਿੰਦੇ ਸੰਗਤ ਉਡੀਕਦੀ ਇਹ ਦੋਨੇ ਜਾਣੇ ਕਹਿੰਦੇ ਜੀ ਸਾਡੀਆਂ ਮਿਹਨਤਾਂ ਪਤਾ ਤੁਸੀਂ ਕਿਉਂ ਕਰਦੇ ਹੋ ਸਤਿਗੁਰ ਕਹਿੰਦੇ ਕਿਉਂ ਕਹਿੰਦੇ ਤੁਹਾਡਾ ਸਰਦਾ ਹੀ ਨਹੀਂ ਸਾਤੋਂ ਬਿਨਾਂ ਸੱਚੇ ਪਾਤਸ਼ਾਹ ਕਹਿੰਦੇ ਚਲੋ ਕੋਈ ਨਾ ਸਾਡਾ ਸਰਦਾ ਨਹੀਂ ਤੁਹਾਤੋਂ ਬਿਨਾਂ ਹੁਣ ਚੱਲ ਵੜੋ ਇਹ ਹੋਰ ਵਿਗੜ ਗਏ ਮਹਾਰਾਜ ਮਿੱਠਾ ਬੋਲਦੇ ਆ ਉਹਨਾਂ ਹੀ ਤੱਤਾ ਬੋਲਦੇ ਇਧਰੋਂ ਠੰਡਕ ਬਾਹਰ ਆਉਂਦੀ ਹੈ ਤੇ ਉਧਰ ਭਾਂਬੜੀ ਮੱਚਦੀ ਇਧਰ ਪਿਆਰ ਬੋਲਦਾ ਉਧਰ ਹੰਕਾਰ ਬੋਲਦਾ ਇਹ ਹੋਰ ਵਿਗੜ ਗਏ ਕਹਿੰਦੇ ਜੀ ਤੁਹਾਡਾ ਕਿਵੇਂ ਸਰ ਜੂਗਾ ਤੁਹਾਡੇ ਤਾਂ ਵੱਡਿਆਂ ਵਡੇਰਿਆਂ ਦਾ ਨਹੀਂ ਸਰਿਆ ਸਾਤੋਂ ਬਿਨਾਂ ਮਹਾਰਾਜ ਕਹਿੰਦੇ ਇਹ ਕੀ ਗੱਲ ਕਹਿੰਦੇ ਤੁਹਾਡੇ ਵੱਡੇ ਵਡੇਰੇ ਗੁਰੂ ਨਾਨਕ ਸਾਹਿਬ ਸਨ ਹਜ਼ੂਰ ਕਹਿੰਦੇ ਫਿਰ ਇਹਦੇ 'ਚ ਕਿਹੜਾ ਝੂਠ ਹੈ ਉਹ ਤਾਂ ਸਾਰੀ ਦੁਨੀਆਂ ਦੇ ਮਾਲਕ ਨੇ ਉਹ ਤਾਂ ਸਭ ਦੇ ਹੀ ਵੱਡੇ ਵਡੇਰੇ ਹੈ ਜਗਤ ਗੁਰੂ ਨਾਨਕ ਇਸੇ ਵਾਸਤੇ ਕਿਹਾ ਜਾਂਦਾ ਉਦਾਂ ਜਗਤ ਗੁਰੂ ਬਣਦੇ ਤਾਂ ਬਹੁਤ ਨੇ ਦੁਨੀਆਂ 'ਚ ਇਹਨਾਂ ਚਿਰ ਦੀ ਗੱਲ ਹੈ ਅਸੀਂ ਵਰਿੰਦਾਵਨ ਵਾਲੇ ਪਾਸੇ ਚਲੇ ਗਏ ਉੱਥੇ ਇੱਕ ਬਾਬਾ ਮਿਲਿਆ ਨਾਲ ਉਹਦੇ ਇੱਕ ਬੰਦਾ ਆਪਾਂ ਕਿਹਾ ਬਾਬਾ ਜੀ ਤੁਸੀਂ ਕੌਣ ਉਹਦੇ ਨਾਲ ਦਾ ਕਹਿੰਦਾ ਜੇ ਜਗਤ ਗੁਰੂ ਹੈ ਮੈਂ ਕਿਹਾ ਜਗਤ ਗੁਰੂ ਜਗਤ 'ਚ ਤਾਂ ਮੈਂ ਵੀ ਹੈਗਾ ਮੈਂ ਵੀ ਜੱਗ 'ਚ ਹੀ ਰਹਿਣਾ ਇਹਨਾਂ ਨੂੰ ਸੁਣਿਆ ਤਾਂ ਹੈ ਨਹੀਂ ਕਦੇ ਵੇਖਿਆ ਨਹੀਂ ਕਦੇ ਨਹੀਂ ਜੀ ਇਹ ਜਗਤ ਗੁਰੂ ਨੇ ਆਪਾਂ ਕਿਹਾ ਫਿਰ ਤੇਰਾ ਨਾਂ ਜਗਤ ਹੋਊਗਾ ਤੇਰਾ ਨਾਂ ਜਗਤ ਹੋਣਾ ਇਹ ਤੇਰੇ ਗੁਰੂ ਹੋਣੇ ਨਹੀਂ ਜੀ ਕਹਿੰਦਾ ਮੇਰਾ ਨਾਮ ਤੋਂ ਸ਼ਾਮ ਲਾਲ ਫਿਰ ਆਪਾਂ ਕਿ ਜਗਤ ਗੁਰੂ ਕਿਵੇਂ ਬਣ ਗਏ ਏਦਾਂ ਅਸਲ ਵਿੱਚ ਜਗਤ ਗੁਰੂ ਕੌਣ ਹੈ ਉਹ ਕੇਵਲ ਧੰਨ ਗੁਰੂ ਨਾਨਕ ਸਾਹਿਬ ਜਿਹਨਾਂ ਨੇ ਸਾਰੀ ਦੁਨੀਆਂ ਨੂੰ ਹੀ ਉਪਦੇਸ਼ ਦਿੱਤਾ ਸਾਰੀ ਦੁਨੀਆਂ ਦੇ ਗੁਰੂ ਨੇ ਹੁਣ ਚਲੋ ਇੱਧਰ ਨੂੰ ਵਿਚਾਰ ਆਪਾਂ ਨਾਲ ਜਾਈਏ ਸਾਡੇ ਮੁਸਲਮਾਨ ਭਰਾ ਵੀ ਹਜ਼ਰਤ ਨਾਨਕ ਕਹਿੰਦੇ ਹਿੰਦੂ ਭਰਾ ਵੀ ਕਹਿੰਦੇ ਆ ਧੰਨ ਗੁਰੂ ਨਾਨਕ ਸਾਡੇ ਤੇ ਆਪਾਂ ਤਾਂ ਕਹਿਣਾ ਹੀ ਆ ਵੀ ਸਾਡੇ ਸਤਿਗੁਰ ਨੇ ਹਜ਼ੂਰ ਕਹਿੰਦੇ ਇਹ 'ਚ ਕੀ ਝੂਠ ਹੈ ਨਹੀਂ ਨਹੀਂ ਕਹਿੰਦੇ ਜੀ ਤੁਹਾਡੇ ਵੱਡੇ ਵਡੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਾਂ ਕਹਿੰਦੇ ਸਾਡਾ ਵੱਡਾ ਵਡੇਰਾ ਭਾਈ ਮਰਦਾਨਾ ਸੀ ਸਤਿਗੁਰੂ ਕਹਿੰਦੇ ਹਾਂ ਕਹਿੰਦੇ ਜੇ ਸਾਡੇ ਵਾਲਾ ਨਾਂ ਹੁੰਦਾ ਨਾ ਰਬਾਬ ਨਾਂ ਵਜਾਉਂਦਾ ਜੇ ਸਾਡੇ ਵਾਲਾ ਤੁਹਾਡੇ ਵਾਲੇ ਨੂੰ ਕਹਿੰਦੇ ਕਿਹਨੇ ਪੁੱਛਣਾ ਸੀ ਲੈ ਐਂ ਬੋਲ ਹਜ਼ੂਰ ਕਹਿੰਦੇ ਇੰਨੇ ਵਿਗੜ ਗਏ ਤੁਸੀਂ ਗੁਰੂ ਨਾਨਕ ਸਾਹਿਬ ਦੀ ਵੀ ਨਿੰਦੇ ਆ ਹੋਰ ਵੀ ਬਚਨ ਉਹਨਾਂ ਨੇ ਕਈ ਕੀਤੇ ਹੁਣ ਆਪਾਂ ਕਰ ਨਹੀਂ ਸਕਦੇ ਬੜਾ ਉੱਚਾ ਬੋਲ ਗਏ ਕੱਲਾ ਹੱਥਾਂ ਨਾਲ ਬੀਜਿਆ ਨਹੀਂ ਵੱਢਣਾ ਪੈਂਦਾ ਬੰਦੇ ਨੂੰ ਕੰਨਾਂ ਨਾਲ ਬੀਜਿਆ ਵੀ ਵੱਢਣਾ ਪੈਂਦਾ ਹੈ ਅੱਖਾਂ ਨਾਲ ਬੀਜਿਆ ਵੱਢਣਾ ਪੈਂਦਾ ਹੈ ਜੀਵਨ ਨਾਲ ਬੀਜਿਆ ਵੀ ਵੱਢਣਾ ਪੈਂਦਾ ਹੈ ਇੱਕ ਮਹਾਤਮਾ ਕਹਿੰਦੇ ਹੁੰਦੇ ਸੀ ਨਾਮ ਨਜੂਰ ਥੀ ਖੁਦਾ ਕੋ ਸਖਤੀ ਇਨਸਾਨ ਮੈਂ ਸ਼ਾਇਦ ਇਸ ਲਈ ਨਹੀਂ ਦੀ ਹੱਡੀ ਜਵਾਨ ਮੈਂ ਰੱਬ ਨਹੀਂ ਚਾਹੁੰਦਾ ਤੂੰ ਉੱਚਾ ਬੋਲੇ ਉਹਨੇ ਤੇਰੀ ਜੀਵ 'ਚ ਤਾਂ ਹੀ ਹੱਡ ਨਹੀਂ ਪਾਇਆ ਜੀਵ ਨੂੰ ਨਰਮ ਰੱਖਿਆ ਇਹਦੇ ਨਾਲ ਨਰਮ ਹੀ ਬੋਲੀ ਕਿਤੇ ਇਹਦੇ ਨਾਲ ਕਿਹੜਾ ਨਾ ਬੋਲੀ ਆ ਜਿੰਨੇ ਪੁਆੜੇ ਆ ਦੁਨੀਆਂ 'ਚ ਗੁਰਮੁਖੋ ਸਾਰੇ ਜੀਵ ਦੇ ਹੀ ਪਾਏ ਹੋਏ ਆਪਾਂ ਘਰਾਂ ਤੋਂ ਸ਼ੁਰੂ ਕਰ ਲਈਏ ਨੌ ਸੱਸ ਨੇ ਇਹਨਾਂ ਦਾ ਕਾਹਦਾ ਝਗੜਾ ਜਵਾਨ ਦਾ ਹੀ ਝਗੜਾ ਹੈ ਪਿਓ ਪੁੱਤ ਦਾ ਵੀ ਆਹੀ ਝਗੜਾ ਹੈ ਬੁੜਾ ਦਾੜੀ ਤੇ ਹੱਥ ਫੇਰੀ ਜਾਂਦਾ ਹੈ ਧੁੱਪ ਨਾਲ ਚਿੱਟੀ ਨਹੀਂ ਹੋਈ ਤੂੰ ਹਜੇ ਮੇਰੇ ਹੱਥਾਂ 'ਚ ਖੇਡਦਾ ਹੈ ਮੁੰਡੇ ਨੂੰ ਕਹਿੰਦੇ
ਤੇ ਮੁੰਡਾ ਡਾਂਗ ਚੱਕੀ ਫਿਰਦਾ ਮੈਂ ਐਵੇਂ ਪੜਿਆ ਹੋਇਆ ਬੜੇ ਨੂੰ ਊੜਾ ਨਹੀਂ ਆਉਂਦਾ ਆਹੀ ਰੌਲੇ ਆ ਘਰਾਂ ਚ ਸੱਸ ਕਹਿੰਦੀ ਆ ਸਾਡੇ ਅਰਗੀ ਕੌਣ ਹੈ ਅਸੀਂ ਚੱਕੀਆਂ ਵੀਹ ਵੀਹ ਟਾਈਮ ਪਾਸ ਕੀਤਾ ਇਹ ਘੜੀ ਲਾਈ ਫਿਰਦੀ ਆ ਕੰਨ ਨੂੰ ਫੋਨ ਲਾਈ ਫਿਰਦੀ ਹੈ ਆਹੀ ਰੌਲਾ ਲਓ ਸੱਸ ਹੋਰ ਕਾਹਦਾ ਰੌਲਾ ਤੇ ਜੇ ਆਂਢ ਗੁਆਂਢ ਆਪਣੇ ਖੜਕਦੀ ਆ ਵੀ ਇਹਨੇ ਮੈਨੂੰ ਐਂ ਬੋਲਿਆ ਉਹਨੇ ਮੈਨੂੰ ਐਂ ਬੋਲਿਆ ਇਹ ਬੋਲਦੀ ਝਗੜੇ ਹੋਰ ਉੱਪਰ ਚਲੇ ਜਾਈਏ ਜੇਲ੍ਹਾਂ 'ਚ ਜਾ ਕੇ ਵੇਖ ਲਓ ਜਿਹਨੂੰ ਪੁੱਛੋਗੇ ਵੀ ਕਿਵੇਂ ਆ ਗਿਆ ਇੱਥੇ ਉਹ ਕਹੋ ਜੀ ਫਲਾਣੇ ਨੇ ਗਾਲ ਕੱਢਦੀ ਆਪਾਂ ਗੰਡਾਸਾ ਮਾਰਤਾ ਹੁਣ ਬੈਠੀਆਂ ਆਰਾਮ ਨਾਲ ਆਹ ਜਵਾਨ ਦੀ ਰੌਲੀ ਸਾਰੀ ਦੁਨੀਆ ਮਹਾਰਾਜ ਕਹਿੰਦੇ ਆਪਣੀ ਜਵਾਨ ਕੰਟਰੋਲ ਕਰਨਾ ਐਸੀ ਬਾਣੀ ਬੋਲੀਏ ਮਨ ਕਾ ਆਪਾ ਖੋਏ ਔਰਨ ਕੋ ਸ਼ੀਤਲ ਕਰੇ ਆਪੋ ਸ਼ੀਤਲ ਤੂੰ ਆਪਣੀ ਬੋਲੀ ਸੁਧਾਰ ਲਾ ਸਭ ਕੁਝ ਹੀ ਸੁਧਰ ਜਾਊਗਾ ਪੁਆੜੇ ਸਾਰੇ ਬੋਲੀ ਦੇ ਹੀ ਬੋਲੀ ਦਾ ਹੀ ਰੌਲਾ ਸਾਰਾ ਜਿਹੜਾ ਬੰਦਾ ਗਲੇ ਵੱਲਿਓਂ ਕੌੜਾ ਹੈ ਉਹਨੂੰ ਫਿਰ ਮਾਰਾਂ ਹੀ ਮਾਰਾਂ ਪੈਂਦੀਆਂ ਇੱਕ ਰਹਿਮਨ ਕਵੀ ਹੋਇਆ ਸਾਡੇ ਦੇਸ਼ 'ਚ ਉਹ ਤੁਰੇ ਜਾਂਦੇ ਸੀ ਮੂਹਰੇ ਕੋਈ ਖੀਰੇ ਵੇਚਦਾ ਉਹ ਵੇਂਹਦੇ ਰਹੇ ਉਹ ਵੇਚਣ ਵਾਲੇ ਨੇ ਖੀਰਾ ਚੱਕਿਆ ਉਹਦੀ ਖੱਲ ਲਾਹ ਤੀ ਉਹਦਾ ਗਲ ਵੱਢਤਾ ਫਿਰ ਉਹਨੂੰ ਚੀਰਿਆ ਵਿਚਾਲਿਓਂ ਫਿਰ ਉਹਦੇ ਉੱਤੇ ਨੂਣ ਭੁੱਕਦਾ ਤੇ ਬਾਬਾ ਜੀ ਮਹਾਂਪੁਰਖ ਸੀ ਸਾਧੂਆਂ ਦਾ ਦਿਲ ਨਰਮ ਹੁੰਦਾ ਉਹ ਕਹਿੰਦੇ ਵੀ ਇੰਨਾ ਧੱਕਾ ਪ੍ਰੇਮੀਆਂ ਖੀਰੇ ਨਾ ਪਹਿਲਾਂ ਉਹਦੀ ਖੱਲ ਲਾ ਦਿੱਤੀ ਉਹਦਾ ਗਲ ਵੱਢਤਾ ਫਿਰ ਉਹਨੂੰ ਟੋਟੇ ਟੋਟੇ ਕਰਤਾ ਤੈਨੂੰ ਤਰਸ ਨਹੀਂ ਆਇਆ ਉੱਤੇ ਉਹਦੇ ਨੂਣ ਭੁੱਕਦਾ ਉਹ ਵੀ ਸਮਝ ਗਿਆ ਵੀ ਮਹਾਂਪੁਰਖ ਨੇ ਦਿਲ ਇਹਨਾਂ ਦਾ ਨਰਮ ਹੈ ਆਏ ਨਹੀਂ ਇਹਨਾਂ ਨੇ ਸਮਝਣਾ ਉਹ ਕਹਿੰਦਾ ਬਾਬਾ ਜੀ ਖਾਲੇ ਦੀ ਫਿੱਕੀ ਹੈ ਕੌੜੀ ਹੈ ਲਾਉਣੀ ਪੈਂਦੀ ਹੈ ਗੁੱਦਾ ਫਿੱਕਾ ਚੀਰਨਾ ਪੈਂਦਾ ਹੈ ਕੋਈ ਸਵਾਦ ਨਹੀਂ ਇਹਦੇ 'ਚ ਉੱਤੇ ਨੂਣ ਤਾਂ ਲਾਈਦਾ ਕਹਿੰਦੇ ਫਿਰ ਗਲ ਕਾਹਤੇ ਵੱਢੇ ਇਹਦਾ ਵਿਚਾਰੇ ਦਾ ਉਹ ਕਹਿੰਦੇ ਜੀ ਗਾਲੇ ਦਾ ਵੱਢਣਾ ਹੀ ਪੈਣਾ ਸੀ ਕਹਿੰਦੇ ਕਿਉਂ ਕਹਿੰਦੇ ਗਲ ਵਾਲੇ ਪਾਸਿਓਂ ਕੌੜਾ ਬੜਾ ਹੈ ਗਾਲੇ ਦਾ ਤਾਂ ਨਹੀਂ ਬਾਬਾ ਜੀ ਕਹਿੰਦੇ ਅੱਛਾ ਚੱਲ ਫੇਰ ਤਾਂ ਕਹਿੰਦੇ ਕੋਈ ਗੱਲ ਨਹੀਂ ਫਿਰ ਉੱਥੇ ਉਹਨਾਂ ਨੇ ਇੱਕ ਸ਼ਲੋਕ ਲਿਖਿਆ ਹੈ ਉਹ ਕਹਿੰਦੇ ਖਲ ਤਰਾਏ ਛਿੱਲ ਲਹਾਏ ਦੀਜੇ ਨਮਕ ਲਗਾਏ ਕਹਿੰਦੇ ਇਹੋ ਜਿਹੇ ਬੰਦੇ ਨਾਲ ਹੋਣਾ ਵੀ ਆਈ ਚਾਹੀਦਾ ਰਹਿਮਨ ਕਰੂਏ ਮੁਖਨ ਕੋ ਚਾਹੀਏ ਜਹੀ ਸਜਾਏ ਜਿਹੜਾ ਬੰਦਾ ਗਲ ਵੱਲਿਓਂ ਕੌੜਾ ਨਾ ਕਹਿੰਦੇ ਉਹਦੇ ਨਾਲ ਏਦਾਂ ਹੀ ਹੋਣਾ ਚਾਹੀਦਾ ਆਖੋ ਸਤਨਾਮ ਜਿਹੜਾ ਗਲ ਵੱਲਿਓਂ ਕੌੜਾ ਜਿਹੜਾ ਫਿੱਕਾ ਹੀ ਬੋਲਦਾ ਫਿੱਕੇ ਉੱਚਾ ਨਹੀਂ ਕਦੇ ਬੋਲੀ ਦਾ ਹੁੰਦਾ ਇਹਦਾ ਲੇਖਾ ਦੇਣਾ ਪੈਂਦਾ ਹੈ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਬੋਲਣ ਲੱਗਿਆ ਮਹਾਰਾਜ ਕਹਿੰਦੀ ਰੱਬ ਤੋਂ ਡਰਿਆ ਗਿਆ ਇਹ ਸੱਤਾ ਬਲ ਬੰਡਾ ਬਾਲਾ ਹੀ ਉੱਚਾ ਬੋਲ ਗਏ ਡਰੀਏ ਕਰਤਾਰ ਤੋਂ ਉੱਚੇ ਨਾ ਬੋਲ ਬੋਲੀਏ ਕਰਤਾਰ Thank you.
ਤੋਂ ਡਰੀਦਾ ਸੱਤਾ ਬਲਵੰਡਾ ਬਾਲੋ ਹੀ ਕੁਝ ਬੋਲ ਗਏ। ਪੰਜਵੇਂ ਪਾਤਸ਼ਾਹ ਕਹਿੰਦੇ ਅੱਛਾ ਹਾਦੀ ਹੋ ਗਈ, ਕਹਿੰਦੇ ਤੁਹਾਡੀ ਤਾਂ ਬੋਲੀ ਵਿਗੜੀ ਪਈ ਹੈ, ਪੂਰੇ ਹੀ ਵਿਗੜੇ ਪਏ ਹੋ। ਬਸ ਫਿਰ ਮਹਾਰਾਜ ਨੇ ਇੱਕ ਬਚਨ ਹੀ ਕਰਿਆ, ਕਹਿੰਦੇ ਉਹ ਕੋੜਿਓ ਤੁਸੀਂ ਗੁਰੂ ਘਰ ਦਾ ਖਾ ਕੇ ਭ੍ਰਿਸ਼ਟੇ ਗਏ। ਬਸ ਫਿਰ ਕੋੜਿਓ ਕਹਿਣ ਦੀ ਦੇਰ ਸੀ, ਬਸ ਇਹਨਾਂ ਦੇ ਪੈਰ ਦੇ ਅੰਗੂਠੇ ਤੋਂ ਉਸੇ ਸਮੇਂ ਕੋੜ ਸ਼ੁਰੂ ਹੋ ਗਿਆ। ਮਹਾਰਾਜ ਵਾਪਸ ਆ ਗਏ, ਸੰਗਤ ਬੈਠੀ ਹੈ, ਸਿੱਖ ਬੈਠੇ ਹੈ। ਹਜ਼ੂਰ ਕਹਿੰਦੇ ਤੁਸੀਂ ਕੀਰਤਨ ਕਰੋ, ਸਿੱਖੋ ਚੱਕੋ ਢੋਲਕੀਆਂ ਬਾਜੇ ਵਜਾਓ। ਉਹ ਕਹਿੰਦੇ ਮਹਾਰਾਜ ਸਾਨੂੰ ਤਾਂ ਪਤਾ ਹੀ ਨਹੀਂ ਇਹ ਬਾਜਾ ਖੁੱਲਦਾ ਕਿਵੇਂ ਆ, ਬੰਦ ਕਿਵੇਂ ਹੁੰਦਾ ਹੈ, ਸਾਨੂੰ ਕੀ ਪਤਾ ਕਿਵੇਂ ਗਾਈਦਾ। ਮਹਾਰਾਜ ਕਹਿੰਦੇ ਗਾਓ ਤੁਸੀਂ। ਸਿੱਧੇ ਸਾਧੇ ਸਿੱਖ ਮਹਾਰਾਜ ਨੇ ਸਾਜਾਂ ਤੇ ਵਹਾਅ ਤੇ ਫਿਰ ਕੀਰਤਨ ਸ਼ੁਰੂ ਹੋਇਆ। ਭੋਲਿਆਂ ਭਾਲਿਆਂ ਸਿੱਧਿਆਂ ਸਾਧਿਆਂ ਸਿੱਖਾਂ ਤੋਂ ਹੀ ਮਹਾਰਾਜ ਨੇ ਕੀਰਤਨ ਕਰਾਤਾ। ਸੰਗਤ ਕਹਿੰਦੀ ਜੀ ਅੱਜ ਅਰਗਾ ਤੇ ਆਨੰਦ ਹੀ ਨਹੀਂ ਆਇਆ ਕੀਰਤਨ ਚ, ਕਦੇ ਆਹ ਤਾਂ ਕੀਰਤਨ ਹੀ ਲਹਿੰਦਾ ਸੀ ਜਿਹੜਾ ਅੱਜ ਸੀ। ਮਹਾਰਾਜ ਕਹਿੰਦੇ ਅੱਗੇ ਉਪਰੋਂ ਉਪਰੋਂ ਕੀਰਤਨ ਹੁੰਦਾ ਹੈ, ਅੱਜ ਅੰਦਰੋਂ ਕੀਰਤਨ ਹੋਇਆ। ਬੋਲਦਾ ਕਾਂ ਵੀ ਹੈ, ਬੋਲਦੀ ਕੋਇਲ ਵੀ ਹੈ, ਪਰ ਫਰਕ ਹੁੰਦਾ ਇਹਨਾਂ ਦੇ ਬੋਲਣ ਚ। ਕਾਂ ਚੰਗਾ ਨਹੀਂ ਲੱਗਦਾ, ਕੋਇਲ ਚੰਗੀ ਲੱਗਦੀ, ਫਰਕ ਆ ਇਹਦੇ ਚ। ਮਹਾਤਮਾ ਕਹਿੰਦੇ ਐ ਕੋਇਲ ਬੋਲੇ ਮਿੱਠੀ ਬਾਣੀ, ਕਾਂ ਬੋਲੇ ਕੰਨ ਖਾਵਣ। ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਨੋਂ ਪੰਛੀ ਜਾਤ ਸਦਾਵਣ। ਫਿਰ ਫਰਕ ਕੀ ਏ ਕਾਂ ਤੇ ਕੋਇਲ ਵਿੱਚ? ਕਹਿੰਦੇ ਜਾ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ, ਹੀਣਾ ਜੱਗ ਤੋਂ ਹੋਇਆ। ਕਾਂ ਟੁਕੜੇ ਵੱਲ ਵੇਖ ਕੇ ਬੋਲਦਾ, ਰੋਟੀ ਵੱਲ ਵੇਖ ਕੇ, ਲਾਲਚ ਬਸ ਹੋ ਕੇ ਬੋਲਦਾ। ਤੇ ਕੋਇਲ ਕਹਿੰਦੇ ਪ੍ਰੀਤਮ ਦੇ ਬਿਰਹੋਂ ਵਿੱਚ ਗਾਵੇ, ਕੋਇਲ ਸ਼ੋਭਾ ਪਾਵੇ। ਕੋਇਲ ਆਪਣੇ ਪਿਆਰੇ ਦੇ ਵਿਯੋਗ ਚ ਗਾਉਂਦੀ ਹੈ, ਉਹਦਾ ਗਾਉਣਾ ਤਾਂ ਆਨੰਦਮਈ ਹੈ। ਕੀਰਤਨ ਦੁਨੀਆ ਹੀ ਕਰਦੀ ਏ, ਪਰ ਰਾੜੇ ਵਾਲੇ ਮਹਾਂਪੁਰਖਾਂ ਵਰਗਾ ਕੀਰਤਨ, ਮਸਤੂਆਣੇ ਵਾਲੇ ਮਹਾਂਪੁਰਖਾਂ ਵਰਗਾ ਕੀਰਤਨ ਉਹ ਕਿੱਥੋਂ ਲੱਭੂਗਾ? ਕਥਾ ਦੁਨੀਆ ਹੀ ਕਰਦੀ ਏ, ਪਰ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਵਰਗੀ ਕਥਾ ਕਿੱਥੋਂ ਲੱਭਾਂਗੇ? ਧੰਨ ਬਾਬਾ ਈਸ਼ਰ ਸਿੰਘ ਮਹਾਂਪੁਰਸ਼ ਨਾਨਕ ਸਰ ਵਾਲੇ, ਉਹਨਾਂ ਵਰਗਾ ਕੀਰਤਨ, ਉਹਨਾਂ ਵਰਗੀ ਕਥਾ ਕਿੱਥੋਂ ਲੱਭਾਂਗੇ? ਉਹ ਆਪਣੇ ਪਿਆਰੇ ਵਾਸਤੇ ਗਾਉਂਦੇ ਏ, ਨਹੀਂ ਆਮ ਦੁਨੀਆ ਸੰਸਾਰ ਵਾਸਤੇ ਗਾਉਂਦੀ। ਉਹਨਾਂ ਦਾ ਗਾਉਣਾ ਕਾਂ ਦੇ ਸਮਾਨ ਹੈ, ਤੇ ਰੱਬ ਦੇ ਪਿਆਰੇ ਦਾ ਗਾਉਣਾ ਕੋਇਲ ਦੇ ਸਮਾਨ ਹੈ। ਉਹ ਆਪਣੇ ਪਿਆਰੇ ਵਾਸਤੇ ਗਾਉਂਦੇ, ਰੱਬ ਵਾਸਤੇ ਗਾਉਂਦੇ। ਸਿੱਧਿਆਂ ਸਾਧਿਆਂ ਸਿੱਖਾਂ ਤੋਂ ਹੀ ਮਹਾਰਾਜ ਨੇ ਕੀਰਤਨ ਕਰਾਤਾ। ਲੈ ਕਹਿੰਦੇ ਹੁਣ ਮੇਰੇ ਸਿੱਖ ਕੀਰਤਨ ਕਰਿਆ ਕਰ, ਇਹ ਪੰਜਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਗੁਰਮੁਖੋ। ਨਹੀਂ ਇਹ ਤਾਂ ਭਾਈ ਮਰਦਾਨੇ ਕੀ ਕੁੱਲ ਦੇ ਵਿੱਚ ਹੀ ਆ ਸਾਜ ਵੱਜਦੇ ਸੀ, ਉਹੀ ਗਾ ਸਕਦੇ ਸੀ, ਦੂਜਾ ਨਹੀਂ ਸੀ ਕੋਈ ਗਾ ਸਕਦਾ। ਇਹ ਤਾਂ ਪੰਜਵੇਂ ਪਾਤਸ਼ਾਹ ਕਿਰਪਾ ਕਰਕੇ ਹੁਣ ਸੱਤਾ ਬਲਵੰਡ ਇਹਨਾਂ ਦੇ ਕੋੜ ਵੱਧਦਾ ਹੀ ਜਾਂਦਾ। ਪਹਿਲਾਂ ਮਾਣ ਬੜਾ ਸੀ, ਕਹਿੰਦੇ ਇਲਾਜ ਕਰਾਵਾਂਗੇ। ਇਲਾਜ ਕਰਾਉਂਦਿਆਂ ਕਰਾਉਂਦਿਆਂ ਘਰ ਵਿਕ ਗਿਆ, ਜਿਹੜਾ ਸਾਧਨ ਕੋਲੇ ਸੀ, ਜਿਵੇਂ ਅੱਜ ਕੱਲ ਗੱਡੀ ਜਿਹਦੇ ਤੇ ਗੇੜੇ ਦਿੰਦੇ ਫਿਰਦੇ ਹੁੰਦੇ ਸੀ ਉਹ ਵੀ ਵਿਕਦੀ, ਸਭ ਕੁਝ ਹੀ ਵਿਕ ਗਿਆ। ਤੇ ਲੋਕ ਅੱਗੇ ਘੇਰ ਘੇਰ ਕੇ ਕਹਿੰਦੇ ਸੀ ਵੀ ਆ ਜਾਓ ਸਾਡੇ ਘਰੇ ਚਾਹ ਪੀ ਜਾਓ। ਤੇ ਹੁਣ ਕੋਈ ਬੁਲਾ ਕੇ ਰਾਜੀ ਨਹੀਂ, ਕਹਿੰਦੇ ਵੀ ਹੁਣ ਕੀ ਕਰੀਏ, ਸਾਰੇ ਸਰੀਰ ਤੇ ਕੋੜ ਫੈਲ ਗਿਆ, ਕੋਈ ਬੁਲਾਉਂਦਾ ਨਹੀਂ। ਉਹੀ ਪਹਿਲਾਂ ਵਾਲੇ ਦਿਨ ਫੇਰ ਆ ਗਏ, ਫੇਰ ਹੁਣ ਗਲੀਆਂ ਚ ਰੁਲਦੇ ਫਿਰਦੇ, ਦੁਬਾਰਾ ਫੇਰ ਉਹੀ ਸਮਾਂ ਆ ਗਿਆ। ਇਹ ਰੱਬ ਦੀ ਖੇਡ ਹੈ ਗੁਰਮੁਖੋ, ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ। ਐਵੇਂ ਨਾ ਬੰਦਾ ਮਾਣ ਕਰੇ, ਜੇ ਰੱਬ ਨੂੰ ਭਾਉਂਦਾ ਉਹ ਰਾਜਿਆਂ ਮਹਾਰਾਜਿਆਂ ਨੂੰ ਵੀ ਭੀਖ ਮੰਗਣ ਲਾ ਦਿੰਦਾ। ਜੇ ਮਾਇਆ ਕੋਲ ਹੈ ਰੱਬ ਦਾ ਸ਼ੁਕਰ ਕਰਿਆ ਕਰ, ਅਕਲ ਵੱਡੀ ਉਪਕਾਰ ਕਰ। ਜੇ ਰੱਬ ਨੇ ਤੈਨੂੰ ਅਕਲ ਦੇ ਦਿੱਤੀ ਨਾ, ਇਹਨੂੰ ਪਰ ਉਪਕਾਰ ਵਿੱਚ ਲਾਈ। ਅਕਲ ਵੱਡੀ ਉਪਕਾਰ ਕਰ, ਦਰਬ ਬੜਾ ਕੁਛ ਦੇ। ਜੇ ਤੇਰੇ ਕੋਲ ਮਾਇਆ ਜ਼ਿਆਦੇ ਹੈ, ਇਹਨੂੰ ਦਾਨ ਪੁੰਨ ਚ ਲਾ ਦੇ। ਅਕਲ ਵੱਡੀ ਉਪਕਾਰ ਕਰ, ਦਰਬ ਬੜਾ ਕੁਛ ਦੇ। ਜੇ ਤੇਰੇ ਕੋਲ ਸਰੀਰਕ ਬਲ ਹੈ, ਇਹ ਨਹੀਂ ਵੀ ਚੱਕ ਚੱਕ ਕੇ ਆਪਾਂ ਗਵਾਂਢੀ ਵੀ ਥੱਲੇ ਮਰੀ ਜਾਣੇ, ਉਹਨਾਂ ਦੀ ਬਾਲੇ ਕੱਢੀ ਜਾਣੇ ਕਿਸੇ ਗਰੀਬਾਂ ਦੇ, ਨਹੀਂ ਨਹੀਂ। ਜੇ ਤੂੰ ਤਕੜਾ ਹੈ, ਤੇਰਾ ਸਰੀਰ ਤਕੜਾ ਹੈ, ਇਹਨੂੰ ਸੇਵਾ ਚ, ਇਹਨੂੰ ਸਿਮਰਨ ਚ ਲਾ, ਇਹਨੂੰ ਧਰਮ ਦੇ ਕੰਮ ਚ ਲਾ। ਜੇ ਰੱਬ ਨੇ ਤੈਨੂੰ ਸਰੀਰਕ ਬਲ ਦਿੱਤਾ, ਬਹੁ ਗਰੀਬ ਦੀ ਰਾਖੀ ਵਾਸਤੇ ਇਹਨੂੰ ਵਰਤੀ, ਹਜ਼ੂਰ ਕਹਿੰਦੇ।
ਇਹਦਾ ਸਹੀ ਉਪਯੋਗ ਕਰੀ। ਰੱਬ ਤੋਂ ਡਰੀ ਕੀ ਪਤਾ ਰੱਬ ਦਾ, ਰਾਜਿਆਂ ਤੋਂ ਭੀਖ ਮੰਗਾ ਲੈ, ਰਾਜਿਆਂ ਤੋਂ ਭੀਖ ਮੰਗਾ ਲੈ, ਨਜ਼ਰ ਬਦਲ ਜਾਏ ਤੇਰੀ, ਰਾਜਿਆਂ ਤੋਂ ਭੀਖ ਮੰਗਾ ਲੈ, ਰਾਜਿਆਂ ਤੋਂ ਭੀਖ ਮੰਗਾ ਇਹਨਾਂ ਨੂੰ ਕੋਈ ਮੱਥੇ ਨਹੀਂ ਲਾਉਂਦਾ। ਤੇ ਪੰਜਵੇਂ ਪਾਤਸ਼ਾਹ ਨੇ ਇਹ ਵੀ ਬਚਨ ਕਰਤਾ ਸੰਗਤ ਚ, ਕਹਿੰਦੇ ਜਿਹੜਾ ਇਹਨਾਂ ਨੂੰ ਸਾਡੇ ਕੋਲ ਲਿਆਊਗਾ ਨਾ ਇਹਨਾਂ ਦੇ ਭੁੱਲ ਬਖਸ਼ਾਉਣ ਵਾਸਤੇ, ਉਹਦਾ ਜਲੂਸ ਕੱਢਾਂਗੇ ਅਸੀਂ ਚੰਗੀ ਤਰ੍ਹਾਂ, ਉਹਦਾ ਮੂੰਹ ਕਾਲਾ ਕਰਕੇ ਛਿੱਤਰਾਂ ਦਾ ਹਾਰ ਪਾ ਕੇ ਉਹਨੂੰ ਗਧੇ ਤੇ ਬਹਾਵਣਾ। ਜਿਹੜਾ ਕੋਈ ਵਿੱਚ ਵਿਚੋਲਾ ਬਣਨ ਦੀ ਕੋਸ਼ਿਸ਼ ਕਰੂਗਾ ਵੀ ਮਹਾਰਾਜ ਇਹਨਾਂ ਨੂੰ ਬਖਸ਼ ਲਓ, ਇਹਨਾਂ ਨੂੰ ਲੈ ਕੇ ਨਾ ਆਇਓ, ਕਹਿੰਦੇ ਸਾਡੇ ਕੋਲ ਇਹਨਾਂ ਨੇ ਜਗਤ ਗੁਰੂ ਨਾਨਕ ਦੀ ਨਿੰਦਿਆ ਕੀਤੀ, ਸਾਡੀ ਨਿੰਦਿਆ ਕਰ ਲੈਂਦੇ, ਕਹਿੰਦੇ ਕੋਈ ਗੱਲ ਨਹੀਂ, ਹੁਣ ਇਹ ਕਿੱਧਰ ਜਾਣ ਸੱਤਾ ਬਲਵੰਡਾ, ਬੜੇ ਪਰੇਸ਼ਾਨ, ਹੁਣ ਕੀ ਕਰੀਏ। ਕਿਸੇ ਫਿਰ ਗੁਰਮੁਖ ਬੰਦੇ ਨਾਲ ਇਹਨਾਂ ਦਾ ਮੇਲ ਹੋਇਆ, ਕਿਸੇ ਨੇ ਸਮਝਾਇਆ, ਕਹਿੰਦੇ ਲਾਹੌਰ ਚਲੇ ਜਾਓ, ਉੱਥੇ ਇੱਕ ਪਰਉਪਕਾਰੀ ਸਿੱਖ ਰਹਿੰਦਾ ਹੈ ਭਾਈ ਲੱਦਾ, ਉਹ ਪਰਉਪਕਾਰੀ ਗੁਰਮੁਖ ਹੈ, ਉਹ ਤੁਹਾਨੂੰ ਟੁੱਟਿਆਂ ਨੂੰ ਗੁਰੂ ਨਾਲ ਜੋੜ ਦੂਗਾ। ਇਹ ਫਿਰ ਭਾਈ ਲੱਦੇ ਦੇ ਘਰ ਚਲੇ ਗਏ, ਗੇਟ ਖੜਕਾਇਆ, ਉਹਨੇ ਗੇਟ ਖੋਲਿਆ, ਉਹਨੇ ਪਛਾਣਿਆ ਹੀ ਨਾ ਕੌਣ ਨੇ, ਬਸ ਉਹਦੇ ਚਰਨੀ ਢਹਿ ਗਏ, ਰੋਈ ਜਾਂਦੇ ਆ ਉੱਚੀ ਉੱਚੀ। ਉਹ ਕਹਿੰਦਾ ਕੌਣ ਹੋ ਤੁਸੀਂ, ਕੀ ਗੱਲ ਹੈ? ਕਹਿੰਦੇ ਲੱਦਿਆ ਅਸੀਂ ਉਹੀ ਸੱਤਾ ਬਲਵੰਡਾ ਕੀਰਤਨੀਏ ਗੁਰੂ ਕਰਦੇ। ਉਹ ਹੋ ਕਹਿੰਦੇ ਤੁਸੀਂ, ਤੁਹਾਡਾ ਹਾਲ ਕਿਵੇਂ? ਸਾਰੀ ਗੱਲ ਦੱਸੀ, ਕਹਿੰਦੇ ਮਾਣ ਹੋ ਗਿਆ ਸੀ ਅਸੀਂ ਐਵੇਂ ਨਿੰਦਿਆ ਕਰ ਬੈਠੇ, ਹੁਣ ਫਿਰਦੇ ਹਾਂ ਧੱਕੇ ਖਾਂਦੇ। ਸਾਰੀ ਗੱਲ ਦੱਸਦੀ, ਤੂੰ ਕਿਰਪਾ ਕਰ, ਤੇਰੇ ਕੋਲ ਆਇਆ, ਕਾਰ ਸਾਰੇ ਹੀ ਕਰਦੇ ਹੈ, ਉਪਕਾਰੀ ਵੀ ਕੋਈ ਬਿਰਲਾ ਹੁੰਦਾ, ਪਰ ਜਿਹੜਾ ਪਰਉਪਕਾਰੀ ਹੈ ਉਹ ਤੂੰ ਹੈ। ਲੱਦਿਆ ਅਸੀਂ ਸੁਣਿਆ ਤੂੰ ਪਰਉਪਕਾਰੀ ਸਿੱਖ ਹੈ, ਕਿਸੇ ਹੋਰ ਵਾਸਤੇ ਕੁਝ ਕਰਨਾ, ਪਰਾਏ ਵਾਸਤੇ ਕੁਝ ਕਰਨਾ, ਅਸੀਂ ਟੁੱਟੇ ਫਿਰਦੇ ਹਾਂ ਪੂਰੇ ਗੁਰੂ ਤੋਂ, ਤੂੰ ਕਿਰਪਾ ਕਰਦੇ ਸਾਡੀ ਟੁੱਟਿਆਂ ਦੀ, ਸਾਡੀ ਭੁੱਲਿਆਂ ਦੀ ਭੁੱਲ ਬਖਸ਼ਾ ਦੇ, ਸਾਨੂੰ ਟੁੱਟਿਆਂ ਨੂੰ ਮਹਾਰਾਜ ਨਾਲ ਜੋੜ ਦੇ ਦੁਬਾਰਾ। ਭਾਈ ਲੱਦੇ ਦੇ ਚਰਨ ਫੜ ਲਏ, ਲੱਦਿਆ ਭਾਈ ਲੱਦਿਆ ਪਰ ਉਪਕਾਰੀਆਂ, ਤੂੰ ਪਰ ਉਪਕਾਰੀਆਂ, ਸਾਡੀ ਭੁੱਲਿਆਂ ਦੀ ਭੁੱਲ ਬਖਸ਼ਾ ਦੇ, ਪਰ ਉਪਕਾਰੀਆਂ ਸਾਡੀ ਭੁੱਲਿਆਂ ਦੀ ਭੁੱਲ ਬਖਸ਼ਾ ਦੇ। Thank you.
दिल बड़ा नरम होता है, तरस करुणा दया निर्मल हिरदे दे विचो करुणा पैदा होती है, ते दया वाले हिरदे चो धर्म पैदा होता है। जिन्ना चिर दया नहीं बनता धर्म ही नहीं बन सकता। तौल धर्म दया का पूत, दया मां, ते धर्म इहदा पुत्र है। मां तो बिना पुत नहीं पैदा होंदा, दया तो बिना आप धर्मी नहीं बन सकते। पहला दया चाहिए, उधर दया ही दया। बंदगी वालियां नूं किसी का दुख भी आपका दुख ही लगता होंदा है। पारोसी के जो हुआ सो अपने भी जान, किसी का दुख आपका दुख ही मानते हैं रब दे प्यारे। उन्हां नूं तरस आ गया, वो कहिंदे चलो मेरे नाल, लै मैं चलदा। उन्होंने गधा मंगा लिया, छित्र कट्ठे कीते ते हार बना लिया, छित्रां दा हार पा लिया, अपने हथी अपना मूह आपे काला कर लिया। गधे ते सवार हो गए भाई लंदा जी, एक ढोल बजाउण वाला अगे ला लिया। मूहरे ढोल वजदा जांदा है ते गधे ते सवार भाई लंदा जी तुरे जांदे है। लोक खलो खलो के वेखदे है, मूहरे ढोल वजदा है ते सत्ता बलवंडा मगर मगर तुरे आउंदे है। भाई लद्दा कहिंदा हुण चुप करके ना तुरो, कीतियां गलतियां बख्शाउण चलिया गुरु कोल। आ ढोल वजदा है हुण बाणी गाउंदे चलो, नाल ढोल वजे भाई लद्दा जी गाउंदे है। सत्ता बलवंडा पिछे पिछे बोलदे है, किरत कर्म के बिछड़े कर कृपा मेलो राम। छोटे कर्मा ने बिछोड़ा पाए, कृपा करके मेल कर्मा ने बिछोड़ा पाए, कृपा करके मेल। Thank you.
नहीं विछोड़ा पाया, चलते चलते पंजवें पातशाह दे चरणा च पहुंच गए, हजूर अगे आ गए, ढोल वजदा देखिया भाई लद्दा गले ते सवार, मूह काला कीता छित्रां दा हार पाया होया, हजूर अगों ही लैण आए फिर भाई लद्दे नूं जिहड़ी आपां विचार शुरू कीती सी, चरण शरण गुर एक पेंडा जाए जाए, सतगुर कोट पेंडा आगे होए ले पए, अपने प्यारियां नूं गुरु अगों लैण आउंदा है। महाराज आके कहिंदे लद्दिया की बणिया फिरदा, ये गधे तो उतरिया महाराज दे चरणी टह पिया, तू आ के जलूस कटी फिरदा, इहने चरण फड़ ले, कहिंदा महाराज तुहाडा वचन सी जेड़ा सत्ते बलबंडे नूं बख्शाउण आऊगा उहदा जलूस कट देंगे, मैं आप ही जलूस कट लिया महाराज, भी तुहानू खेचल ना करनी पवे, मैं पहला ही जलूस कट लिया आपदा, मैं सत्ते बलबंडे नूं बख्शाउण वास्ते आया, ये जीव गद्दी दे लोक भुल जांदे आ महाराज तुसीं बख्शण हारे कर दो कृपा। पंजवें पातशाह कहिंदे जलूस कढ़न दी की लोड़ सी, कानू छित्रां दा हार पाया लद्दिया, तू साडे नाल जुड़िया सिख है, तू तो उदा ही कह दिंदा कि असीं बख्श देना सी, गुरसिखां अंदर सतगुर परता है। एक समा इहो जिहा वी आउंदा है गुरु ते सिख च फर्क ही कोई नहीं, गुरमुख कोट उधार दा दे नावे एक कणी, लद्दिया गुरमुख है तू तो करोड़ों का भला कर सकदा, एक कणी दे नाल सत्ता बलवंडा की चीज है, नहीं महाराज असीं तुहाडी बराबरी नहीं कर सकते, तुसी कृपा करो बख्शन हारो, मैं ते बचोला बनया विच तुहानू जोड़न वास्ते, ये टुट गए तके खांदे फिरदे आ, ते सत्ता बलवंडा फिर भज के महाराज दे चरणी टह गए, महाराज बख्श लो सुरत टिकाणे आ गई, सब कुछ गवा के सुधरे कादे सुधरे, करो कृपा असी गलती कर ली, असी महाराज दी निंदिया कर बैठे, सच्चे पातशाह कहिंदे निंदिया करने कोड़ होया, वड्याई कर दो कोड़ हट जूगा, ये तो काम ही सिखाला गुरु की वड्याई कर दो कोड़ हट जूगा। उत्थे फिर महाराज ने कृपा की बाणी गाउण वालियां नूं बाणी उचारण करन वाले बनाता, वह फिर वड्याई करते हैं सतगुरां की, उन्होंने उदो उचारी सी गुरमुखो राम कली की वार, तुहानू गुरु ग्रंथ साहिब महाराज के विच दर्ज की, फिर महाराज ने ज्यों ज्यों वार उचारी जाते उन्होंने कोड़ हटता जाता, संपूर्ण वार उचारती ऐ बिलकुल शरीर उन्होंने नवा नरवा हो गया, ये गुरु की वड्याई। एक संसारी अदालत होंदी है, उहदे च बंदा अपना गुनाह कबूल कर लवे ना, वह बख्शिया नहीं जांदा, उहनूं डबल सजा होंदी है, पहली गल इहने कतल कीता है एक सजा, दूजा इह ठोक के मन रिहा जज दे सामने, कहिंदा जी बंदा मारिया ते मारिया मैं, ते जज कहिंदा इहनूं पछतावा ही कोई नहीं, डबल सजा मिलेगी दुनिया की अदालत, पर जिहड़ी आ अदालत है रब दी गुरु दी, इत्थे आके जिहड़ा बंदा अपने गुनाहां तों तौबा करदा है कि महाराज मैं भुलणहार हां मैनू बख्श दो, मेरे जिन्ना माड़ा ही कोई नहीं, मेरे तो आ भी माड़ा काम हो गया, आ भी माड़ा काम हो गया, जिहड़ी ए अदालत है इत्थे दोए पासिओं कृपा हुंदी है, पहली गल गुनाह करन वाले बंदे दे गुनाह बख्शे जांदे है, पहली कृपा, नंबर दो उहनूं अगे तो सीधा राह विखाया जांदा, सत्ता बलवंडा नाले दे कोड़ हट गया उन्हां दा, ते नाले महाराज ने आए कृपा करती बाणी गाउण वालियां नूं बाणी उचारण करन वाले बणा, इह है रब दा सुभा, इह है गुरु दा सुभा। आपां विचार लैके तुरे सी जे कोई एक कदम तुरूगा महाराज करोड़ां कदम आउणगे, जे कोई एक बारी सच्चे पातशाह नूं ध्याऊगा महाराज उहनूं करोड़ां बारी ध्याउणगे, भावनी भगत भाए कौड़ी अगर भाग रखे ताहे गुरु सर्ब निधान दान देत हैं, एक कौड़ी भी भावना ना चढ़ा देगा तेरे ते कृपा हो जाएगी, सतगुरु दया नित महिमा अगाध बोध नमो 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 नेत 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 हैं, यह सुभा है सच्चे पातशाह का, यह सुभा सतगुरु का, बस तू मन करके जिहड़ा टह गया उहदे ते कृपा हुंदी है, गुरु का सुभा ए बिरद स्वामी दा।
ਸ਼ਰਣੀ ਆਇਆ ਨੂੰ ਗਲ ਨਾਲ ਲਾਉਣਾ ਸਮਰਪਣ ਹੋ ਗਿਆ ਫਿਰ ਤੈਨੂੰ ਰੱਬ ਆਪਣੇ ਚਰਨਾਂ ਨਾਲ ਜੋੜ ਲੈਂਦਾ। ਨੌ ਤਰ੍ਹਾਂ ਦੀ ਭਗਤੀ ਚ ਅਖੀਰ ਤੇ ਸਮਰਪਣ ਭਗਤੀ ਹੈ। ਸਮਰਪਣ ਹੋ ਜਾ ਅਕਾਲ ਪੁਰਖ ਦੇ, ਫਿਰ ਪਾਪਾਂ ਪੁੰਨਾਂ ਤੋਂ ਪਰੇ ਚਲਿਆ ਜਾ। ਆਓ ਵੇਖੋ ਜਿੱਥੋਂ ਆਪਾਂ ਵਿਚਾਰ ਸ਼ੁਰੂ ਕੀਤੀ ਸੀ, ਆਪਾਂ ਸਮਾਪਤੀ ਵੱਲ ਜਾਈਏ। ਬਹੁਤ ਵੱਡੀ ਕਿਰਪਾ ਮਹਾਰਾਜ ਨੇ ਕੀਤੀ ਹੈ, ਮਿਲ ਕੇ ਬਹਿਣ ਦਾ ਆਪਾਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ। ਨਗਰ ਨਿਵਾਸੀ ਸੰਗਤਾਂ, ਇਹ ਤੁਹਾਡਾ ਵੇਖ ਲਓ, ਕਜਰੇ ਪਿੰਡ ਦਾ ਨਾਂ ਸਾਰੀ ਦੁਨੀਆ 'ਚ ਹੀ ਪਹੁੰਚ ਜਾਣਾ। ਆਹ ਮੀਡੀਆ ਵਾਲੇ ਵੇਖ ਲਓ, ਸਾਡੇ ਨਾਲ ਹੀ ਹੈ, ਜੋ ਉਰੇ ਦੀਵਾਨ ਸਜਦਾ ਨਾਲ ਹੀ ਰਿਕਾਰਡ ਹੋਈ ਜਾਂਦਾ। ਐਂ ਪੈ ਜਾਣਾ ਇੰਟਰਨੈੱਟ ਦੇ ਉੱਤੇ, ਐਂ ਵੇਖਦੇ ਰਿਹਾ ਕਰੋ ਵੀ ਆਹ ਸਾਡੇ ਪਿੰਡ ਦਾ ਦੀਵਾਨ ਹੈ। ਬਹੁਤ ਵੱਡੀ ਕਿਰਪਾ ਮਹਾਰਾਜ ਨੇ ਕੀਤੀ ਹੈ, ਨਗਰ ਨਿਵਾਸੀ ਸੰਗਤਾਂ ਦਾ ਬੜਾ ਪ੍ਰੇਮ ਹੈ। ਸੋ ਬਹੁਤ ਪਿਆਰ ਦਾ ਸਬੂਤ ਦੇ ਕੇ ਭਾਈ ਤੁਸੀਂ ਆਨੰਦ ਮਾਣਿਆ। ਬਹੁਤ ਸੁੰਦਰ ਆ, ਗੁਰੂ ਘਰ ਦੀ ਇਮਾਰਤ ਬੜੀ ਸੋਹਣੀ ਬਣ ਚੁੱਕੀ ਹੈ। ਵੇਖੋ ਕਿੱਡਾ ਖੁੱਲ੍ਹਾ ਹਾਲ ਹੈ, ਲੈ ਅੰਦਰ ਹੀ ਦੀਵਾਨ ਸਜ ਗਿਆ। ਨਾ ਕੋਈ ਮੀਂਹ ਦਾ ਡਰ, ਨਾ ਕੋਈ ਕਣੀਆਂ ਦਾ ਡਰ, ਨਾ ਕੋਈ ਧੁੰਦ ਦਾ ਡਰ। ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਮਹਾਰਾਜ ਮਿਹਰ ਕਰਨ, ਏਦਾਂ ਹੀ ਚੱਲਦੇ ਰਹੋ, ਨਾਮ ਦੀ ਕਮਾਈ ਕਰਦੇ ਰਹੋ, ਸੇਵਾ ਅਤੇ ਸਿਮਰਨ ਕਰਦੇ ਰਹੋ, ਫਿਰ ਸਾਡੇ ਲੋਕ ਵੀ ਸੁਖੀਏ, ਸਾਡੇ ਪਰਲੋਕ ਵੀ ਸਹੇਲੇ ਹੋ ਜਾਣਗੇ। ਆਓ ਹੁਣ ਆਪਾਂ ਸਮਾਪਤੀ ਕਰੀਏ। ਧੰਨਵਾਦ ਸਤਿਗੁਰਾਂ ਦਾ, ਸਾਰਿਆਂ ਪ੍ਰਬੰਧਕਾਂ ਦਾ, ਸਾਰੀਆਂ ਸੰਗਤਾਂ ਦਾ। ਆਓ ਹੁਣ ਆਪਾਂ ਆਨੰਦ ਸਾਹਿਬ ਪੜਾਂਗੇ। ਗੱਜ ਵੱਜ ਕੇ ਸਾਰੇ ਬੋਲਿਓ, ਫਿਰ ਅਰਦਾਸ। ਗੁਰੂ ਬਾਬਾ ਜੀ ਦਾ ਹੁਕਮਨਾਮਾ, ਗੁਰੂ ਕੇ ਲੰਗਰ ਛੱਕ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਸਾਰੇ ਗੱਜ ਵੱਜ ਕੇ ਬੋਲੋ।
राम कली महला तीजा आनंद ओंकार सतगुर प्रसाद आनंद पाया मेरी माय सतगुरु मैं पाया रागन परिवार करिए शब्द गावने आया सतगुरु में पाया रहो तो मन मेरे दुख सब विसारना साचे सारा क्या नहीं करते कहे नानक सच्चे सा क्या नहीं करते रे सच्चा Thank you.
Thank you.